श्री नानक अंगद गुरु अमरदास सुखकंद रामदास अर्जन गुरु बर श्री हरगोबिंद हरि राय हर कृष्ण गुरु तेग बहादुर चंद दसवें गोविंद सिंह गुरु नमो जोर कर बंद जिसमें अमृत ज्ञान है मानक भगत वैराग गुरु ग्रंथ साहिब उदत बंदों कर अनुराग कहां बुद्ध प्रभु तुच्छ हमारी बरन सकै मेहमान हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी सतनाम वाहिगुरु साहिब जी दोहरा बंदे पठाए सिंह थी ते फिर लिए बुलाई हम आवे सरहिंद को तुम आवो रोपड़ दाई वाहिगुरु जी का खालसा वाहिगुरु जी की फतेह सतगुरां दी साजी नवाजी गुरु रूप साध संगत जी बड़े भागां वाले हो जिन्हां नूं संध्या दे दीवाना विच गुरु साहिब जी दे चरणा विच आउण दा समां प्राप्त होया है और महाराज दे पवित्र इतिहास दी कथा गुरु इतिहास दी कथा ते गुरु पंथ खालसे दी कथा रोज शाम दे दीवाना च हुंदी है आप जी हाजरियां भर के सुणदे हो जो अंग्रेजा ने पूछा सी भी खालसा किवें पैदा होया ते खालसे ने की कुछ कीता है क्या भाई साहब भाई रतन सिंह जी ने कैप्टन मरी नूं सारा इतिहास लिखवाया सी खालसा जी ये साडे अपने घर दा इतिहास है ये साडी अपनी हिस्टरी है भावें असीं अज अपने आप नूं सिंह जां सिख अखवांदे हाँ पर अफसोस है भी इस इतिहास दा सानूं पता नहीं है चोणवें प्रसंग ढाडी सिंघां दी कृपा नाल साडे कोल पहुँच जांदे ने पर जे पूरा इतिहास पंथ प्रकाश विच वेखीए तां पता लगेगा वी साडे बजुर्गां दा सरूप किदां दा सी रहणी बहणी किदां दी सी आचरण किदां दा सी ते उहनां ने कीता की कुछ है सो बाबे बंदे बहादुर ने तुरकां दे वड्डे वड्डे ठाणे फतेह कीते जिवें कि ਸਡੌਰਾ ਪੀਰ ਬੁੱਧੂ ਸ਼ਾਹ ਜੀ ਦੀ ਸ਼ਹੀਦੀ ਦਾ ਬਦਲਾ ਲਿਆ ਅਤੇ ਮੁਸਤਫਾਬਾਦ ਕਪੂਰੀ ਇਹ ਜਿਹੜਾ ਜਮੁਨਾਨਗਰ ਦੇ ਇਲਾਕੇ ਦਾ ਅੰਬਾਲੇ ਤੋਂ ਜਮੁਨਾਨਗਰ ਰੈਣਗੜ੍ਹ ਦਾ ਇਲਾਕਾ ਹੈ ਇਹ ਸਾਰਾ ਫਤਿਹ ਕੀਤਾ ਸਮਾਣਾ ਫਤਿਹ ਕੀਤਾ ਉਸ ਤੋਂ ਪਹਿਲਾਂ ਕੈਥਲ ਫਤਿਹ ਕੀਤਾ ਫਿਰ ਅੰਬਾਲੇ ਤੋਂ ਲੁੱਟ ਕੇ ਸਿੰਘ ਬਨੂੜ ਜਾ ਪਹੁੰਚੇ ਬਨੂੜ ਫਤਿਹ ਕੀਤਾ ਛੱਤ ਬਨੂੜ ਨੂੰ ਫਤਿਹ ਕਰਨ ਦੇ ਨਾਲ ਨਾਲ ਜਿਹੜੇ ਸਿੰਘ ਪਰਲੇ ਪਾਸੇ ਰੋਪੜ ਵਾਲੇ ਪਾਸੇ ਰੁਕੇ ਹੋਏ ਸੀਗੇ ਕੀਰਤਪੁਰ ਸਾਹਿਬ ਬੈਠੇ ਸੀ ਮਾਝੇ ਦੇ ਸਿੰਘ ਪੋਠੋਹਾਰ ਧੰਨੀ ਕੇਪ ਲੰਮਾ ਦੇਸ਼ ਨੱਕਾ ਦੇਸ਼ ਕਾਬਲ ਕੰਧਾਰ ਤੱਕ ਦੇ ਜਿਹੜੇ ਸਿੰਘ ਸੀਗੇ ਉਹ ਮਾਝੇ ਵਾਲਿਆਂ ਦੇ ਨਾਲ ਹੀ ਸਨ ਅਤੇ ਉਹ ਸਾਰੇ ਸਿੰਘ ਉੱਪਰੋਂ ਪਹਾੜੀ ਇਲਾਕਿਆਂ 'ਚੋਂ ਲੰਘਦੇ ਬੜੀ ਮੁਸ਼ਕਲ ਨਾਲ ਕੀਰਤਪੁਰ ਪਹੁੰਚੇ ਸੀਗੇ ਕਿਉਂਕਿ ਜੇ ਉਹ ਸਿੱਧੇ ਆਉਂਦੇ ਤਾਂ ਉਹਨਾਂ ਨੂੰ ਪਹਿਲਾਂ ਹੀ ਰਸਤੇ 'ਚ ਰੋਕ ਲੈਣਾ ਸੀ ਜਲੰਧਰ ਹੀ ਅੱਗੇ ਆਉਣ ਹੀ ਨਹੀਂ ਸੀ ਦੇਣਾ ਉਸ ਵੇਲੇ ਉਹ ਸਿੰਘ ਵੀ ਜਿਹੜੇ ਸਨ ਬੜੇ ਨੀਤੀਵਾਨ ਸਨ ਅਤੇ ਗਿਣਤੀ ਘੱਟ ਹੋਣ ਕਰਕੇ ਸਿੱਧੀ ਲੜਾਈ ਨਹੀਂ ਸੀ ਲੈਣਾ ਚਾਹੁੰਦੇ ਬੜੇ ਤਰੀਕੇ ਨਾਲ ਉਹ ਸਿੰਘ ਕੀਰਤਪੁਰ ਆ ਗਏ ਬਾਬਾ ਦੀਪ ਸਿੰਘ ਜੀ ਵਰਗੇ ਮੁਖੀ ਸਿੰਘ ਮਾਝੇ ਦੇ ਸਿੰਘ ਸਨ ਜਿਹੜੇ ਮਾਲਵੇ ਦੇ ਸਿੰਘ ਸਨ ਉਹ ਬਾਬੇ ਬੰਦੇ ਬਹਾਦਰ ਨੂੰ ਦਿੱਲੀ ਦੇ ਲਾਗੇ ਸ਼ੇਰੀ ਖੰਡਾ ਉੱਥੇ ਹੀ ਆ ਮਿਲੇ ਸਨ ਮਹਾਰਾਜਾ ਪਟਿਆਲਾ ਦੇ ਭੇਜੇ 2000 ਤਨਖਾਹਦਾਰ ਸਿਪਾਹੀ ਸਨ ਮਹਾਰਾਜਾ ਪਟਿਆਲਾ ਆਪ ਨਹੀਂ ਆਏ ਸਰਦਾਰ ਰਾਮ ਸਿੰਘ ਤ੍ਰਿਲੋਕ ਸਿੰਘ ਉਹਨਾਂ ਨੇ ਨੀਤੀ ਨਾਲ ਸਿੰਘ ਭੇਜ ਦਿੱਤੇ ਸਨ ਅਤੇ ਜਿਹੜੇ ਸਨ ਆਮ ਗੁਰੂ ਕੇ ਸਿੰਘ
ਉਹ ਸਾਰੇ ਇਕੱਠੇ ਹੋ ਗਏ ਸਨ। ਬਾਕੀ ਜਿਹੜੇ ਲੁਟੇਰੇ ਸਨ ਉਹ ਵੀ ਬਹੁਤ ਤਾਦਾਦ ਸਿੰਘਾਂ ਦੇ ਨਾਲ ਰਲ ਗਏ ਸਨ ਵੀ ਅਸੀਂ ਵੱਡੇ ਵੱਡੇ ਸ਼ਹਿਰਾਂ ਦੀ ਲੁੱਟਮਾਰ 'ਚ ਹਿੱਸਾ ਲਵਾਂਗੇ। ਅਤੇ ਬਾਬੇ ਬੰਦੇ ਨੂੰ ਵੀ ਉਹਨਾਂ ਦੀ ਲੋੜ ਸੀ ਕਿਉਂਕਿ ਦੁਸ਼ਮਣ ਨੂੰ ਹਮੇਸ਼ਾ ਗਿਣਤੀ ਜ਼ਿਆਦਾ ਨਜ਼ਰ ਆਵੇ ਤਾਂ ਉਹਨੂੰ ਦਹਿਸ਼ਤ ਰਹਿੰਦੀ ਹੈ, ਡਰ ਰਹਿੰਦਾ, ਦੁਸ਼ਮਣ ਦਾ ਹੌਂਸਲਾ ਢਹਿਆ ਰਹੇ। ਇਸ ਕਰਕੇ ਬਾਬਾ ਜੀ ਸਾਰਿਆਂ ਨੂੰ ਨਾਲ ਲੈ ਕੇ ਤੁਰ ਰਹੇ ਸੀ। ਬਹੁਤ ਸਾਰੇ ਹਿੰਦੂ ਨੌਜਵਾਨ ਵੀ ਉਸ ਵੇਲੇ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਆਏ ਹੋਏ ਸਿੰਘਾਂ 'ਚ ਰਲ ਕੇ ਸਿੰਘ ਸੱਜ ਗਏ ਔਰ 1000 ਫੌਜ ਸੂਬੇ ਸਰਹੰਦ ਨੇ ਭੇਜੀ ਸੀ ਦਗਾ ਕਰਨ ਵਾਸਤੇ, ਧੋਖਾ ਕਰਨ ਵਾਸਤੇ। ਸੁੱਚਾਨੰਦ ਦਾ ਭਤੀਜਾ ਲੈ ਕੇ ਆਇਆ ਸੀ। ਬਾਬਾ ਜੀ ਨੇ ਉਹਨੂੰ ਵੀ ਕਹਿ ਦਿੱਤਾ ਸੀ ਵੀ ਤੇਰੇ ਮਨ 'ਚ ਖੋਟ ਹੈ ਪਰ ਜੋ ਤੂੰ ਕਰੇਗਾ ਭਰੇਗਾ, ਚੱਲ ਸਾਡੇ ਨਾਲ। ਤੋਰ ਲਿਆ ਸੀ। ਸੋ ਹੁਣ ਜੰਗ ਦੀ ਤਿਆਰੀ ਹੋ ਗਈ ਸਮਝੋ, ਦੋਵਾਂ ਪਾਸਿਆਂ ਤੋਂ ਬਿਗਲ ਵੱਜਣ ਵਾਲੇ ਹੈ। ਬਾਬਾ ਜੀ ਨੇ ਚਿੱਠੀ ਪਾ ਦਿੱਤੀ ਉਹਨਾਂ ਸਿੰਘਾਂ ਨੂੰ ਕੀਰਤਪੁਰ ਵਾਲਿਆਂ ਨੂੰ ਵੀ ਤੁਸੀਂ ਤਗੜੇ ਹੋ ਕੇ ਹੁਣ ਮੇਰੇ ਨਾਲ ਆ ਕੇ ਰਲੋ। ਚੰਡੀਗੜ੍ਹ ਦੇ ਕੋਲ ਜੋ ਮੋਹਾਲੀ ਹੈ ਇਹਦੇ ਲਾਗੇ ਅੱਜ ਕੱਲ੍ਹ ਖਰੜ ਇੱਕ ਜਗ੍ਹਾ ਕਸਬਾ ਹੈ। ਖਰੜ ਦੇ ਨਾਲ ਉਹਨਾਂ ਲਾਂਡਰਾਂ ਹੈ, ਲਾਂਡਰਾਂ ਅਤੇ ਖਰੜ ਦੇ ਵਿਚਕਾਰ ਇੱਕ ਪਿੰਡ ਹੈ ਚੱਪੜਚਿੜੀ। ਇਹ ਪੁਰਾਣਾ ਮੈਦਾਨ ਹੈ, ਖੁੱਲ੍ਹਾ ਇਲਾਕਾ ਸੀ, ਚੰਡੀਗੜ੍ਹ ਦਾ ਉਦੋਂ ਵਸਿਆ ਨਹੀਂ ਸੀਗਾ, ਛੋਟੇ ਛੋਟੇ ਪਿੰਡ ਸੀਗੇ ਅਤੇ ਉਹਨਾਂ 'ਚੋਂ ਕੁੰਬੜਾ ਸੁਹਾਣਾ ਇੱਦਾਂ ਦੇ ਪਿੰਡ ਸੀਗੇ ਮੋਹਾਲੀ। ਇਹ ਪੁਰਾਣੇ ਪਿੰਡਾਂ ਦੇ ਵਿਚਕਾਰ ਬਾਬਾ ਜੀ ਨੇ ਖੁੱਲ੍ਹਾ ਮੈਦਾਨ ਆ ਕੇ ਮੰਨ ਲਿਆ। ਉਧਰੋਂ ਮਾਝੇ ਦੇ ਸਿੰਘ ਤੁਰ ਪਏ ਕੀਰਤਪੁਰ ਸਾਹਿਬ ਤੋਂ, ਉਹਨਾਂ ਨੂੰ ਗਰੋਪੜ ਦੇ ਵਿੱਚ ਆ ਕੇ ਰਸਤਾ ਉਹਨਾਂ ਦਾ ਰੋਕਿਆ ਗਿਆ ਔਰ ਕੀਰਤਪੁਰ ਸਾਹਿਬ ਤੋਂ ਚੱਲੇ ਰੋਪੜ ਆ ਕੇ ਉਹਨਾਂ ਦਾ ਰਸਤਾ ਰੁਕ ਗਿਆ। ਉੱਥੇ ਲੜਾਈ ਹੋਈ ਹੈ, ਉਹ ਕਥਾ ਅੱਜ ਸੁਣਨ ਕਰੀਏ। ਸਾਰੀ ਸੰਗਤ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਬੰਦੇ ਪਠਾਏ ਸਿੰਘ ਥੇ ਤੇ ਫਿਰ ਲੀਏ ਬੁਲਾਏ। ਬਾਬੇ ਬੰਦੇ ਬਹਾਦਰ ਨੇ ਜਿਹੜੇ ਸਿੰਘ ਬੁਲਾਏ ਸੀਗੇ ਨਾ ਮਾਝੇ ਵਾਲੇ, ਮਹਾਰਾਜ ਦਸਵੇਂ ਪਾਤਸ਼ਾਹ ਨੇ ਹੁਕਮਨਾਮੇ ਲਿਖ ਕੇ ਨਾਂ ਸਾਰੇ ਸਿੰਘਾਂ ਦੇ ਨਾਂ ਲਿਖ ਕੇ ਹੁਕਮਨਾਮੇ ਲਿਖੇ ਸੀ ਮਹਾਰਾਜ ਨੇ, ਕਿਉਂਕਿ ਬੰਦਾ ਤਾਂ ਪੰਜਾਬ ਵਿੱਚ ਸਮਝੋ ਇੱਕ ਤਰ੍ਹਾਂ ਨਾਲ ਪਹਿਲੀ ਵਾਰ ਹੀ ਆ ਰਿਹਾ ਸੀ, ਉਹਨੂੰ ਸਿੰਘਾਂ ਦਾ ਪੰਥ ਦਾ ਪਤਾ ਨਹੀਂ ਸੀ। ਨਾਲ ਬਾਬਾ ਵਿਨੋਦ ਸਿੰਘ ਜੀ, ਬਾਬਾ ਬਾਜ ਸਿੰਘ ਜੀ, ਬਾਬਾ ਰਣ ਸਿੰਘ ਜੀ, ਰਾਮ ਸਿੰਘ ਜੀ, ਕਾਹਨ ਸਿੰਘ ਜੀ, ਪੰਜ ਪਿਆਰੇ ਜਿਹੜੇ ਸੀਗੇ ਮੁਖੀ ਸੀਗੇ, ਇਹਨਾਂ ਨੂੰ ਸਾਰਾ ਭੇਦ ਸੀਗਾ। ਮਹਾਰਾਜ ਨੇ ਹੁਕਮਨਾਮੇ ਲਿਖੇ ਸੀ ਮਾਝੇ ਦੇ ਸਾਰੇ ਇਲਾਕਿਆਂ ਦੇ ਵਿੱਚ ਸਿੰਘਾਂ ਨੂੰ, ਉਹ ਜਿਹੜੇ ਸਿੰਘ ਕੀਰਤਪੁਰ ਬੈਠੇ ਹੋਏ ਸਨ ਆ ਕੇ ਉਹਨਾਂ ਨੂੰ ਅੱਗੇ ਬੁਲਾਇਆ ਹੈ। ਹਮ ਆਵੈ ਸਰਹਿੰਦ ਕੋ ਤੁਮ ਆਵੋ ਰੋਪੜ ਦਾਈ। ਅਸੀਂ ਸਰਹੰਦ ਪਹੁੰਚਣ ਵਾਲੇ ਹਾਂ ਖਾਲਸਾ ਜੀ, ਤੁਸੀਂ ਰੋਪੜ ਵਾਲੇ ਪਾਸਿਓ ਅੱਗੇ ਆ ਜਾਓ, ਸਾਨੂੰ ਮਿਲੋ ਛੇਤੀ ਨਾਲ। ਜਾਓ ਪਈ ਸੁਣਤ ਸੋ ਚਿੱਠੋ ਖਾਲਸੋ ਚੜਿਓ। ਇਹ ਸੁਣ ਕੇ ਚਿੱਠਾ ਜਦੋਂ ਸਿੰਘਾਂ ਦਾ ਪਹੁੰਚਿਆ ਬਾਬੇ ਬੰਦੇ ਬਹਾਦਰ ਦਾ, ਤੇ ਖਾਲਸੇ ਨੇ ਕੀਰਤਪੁਰ ਸਾਹਿਬ ਤੋਂ ਚਾਲੇ ਪਾਏ। ਰੋਪੜ ਦੇਰ ਜਾਏ ਸੋ ਵੜਿਓ। ਔਰ ਸਿੰਘ ਕੀਰਤਪੁਰ ਤੋਂ ਘੋੜਿਆਂ ਤੇ ਸਵਾਰ ਹੋ ਕੇ ਜਿਉਂ ਹੀ ਤੁਰੇ ਤੇ ਰੋਪੜ ਦੇ ਦਰੇ ਤੇ ਆ ਗਏ। ਜਹ ਜਬ ਖਬਰ ਵਜ਼ੀਰੇ ਭਈ। ਉਧਰੋਂ ਵਜ਼ੀਰ ਖਾਨ ਨੂੰ ਸਾਰੀ ਖਬਰ ਮਿਲ ਰਹੀ ਸੀ ਪਹਿਲਾਂ ਹੀ ਵੀ ਮਾਝੇ ਵਾਲੇ ਸਿੰਘ ਲਗਭਗ 4-5 ਹਜ਼ਾਰ ਸਿੰਘ ਸੀਗਾ ਮਾਝੇ ਦਾ, ਜਿਹੜਾ ਕੀਰਤਪੁਰ ਛਾਉਣੀ ਪਾਈ ਬੈਠਾ ਸੀ, ਤੇ ਉਹਨੂੰ ਖਰਚਾ ਇੱਕ ਅੰਮ੍ਰਿਤਸਰ ਦਾ ਸੀਗਾ ਪਸ਼ੌਰਾ ਸਿੰਘ ਖੱਤਰੀ, ਉਹ ਖਰਚਾ ਦਿੰਦਾ ਸੀਗਾ, ਕਾਫੀ ਉਹ ਅਮੀਰ ਆਦਮੀ ਸੀਗਾ। ਉਹਨੇ ਲੰਗਰ ਵਾਸਤੇ ਕਈ ਹਜ਼ਾਰਾਂ ਰੁਪਈਆ ਖਾਲਸੇ ਨੂੰ ਭੇਜ ਦਿੱਤਾ ਸੀ ਵੀ ਖਰਚਾ ਪਾਣੀ ਚਲਾਓ। ਬਾਕੀ ਕੁਝ ਸਿੰਘ ਕੁਝ ਜਿਵੇਂ ਪਿੱਛੇ ਲਿਖਿਆ ਹੀ ਆ ਵੀ ਕੋਈ ਉਧਾਰ ਚੱਕ ਕੇ ਲਿਆਏ ਸਨ, ਕੋਈ ਲੁੱਟਮਾਰ ਕਰਕੇ ਲਿਆਏ, ਜਿਵੇਂ ਵੀ ਹੋਇਆ ਸਿੰਘ ਕੀਰਤਪੁਰ ਗੁਜ਼ਾਰਾ ਕਰਦੇ ਰਹੇ। ਹੁਣ ਉੱਥੋਂ ਖਾਲਸੇ ਨੇ ਘੋੜਿਆਂ ਦੇ ਉੱਤੇ ਕਾਠੀਆਂ ਪਾਈਆਂ ਤੇ ਅਰਦਾਸਾਂ ਸੋਧ ਕੇ ਸਿੰਘ ਚੜ ਪਏ। ਉਧਰ ਫੌਜ ਮਲੇਰੀਅਨ ਠਈ। ਇਧਰੋਂ ਵਜ਼ੀਰ ਖਾਨ ਨੇ ਉਹਨਾਂ ਨੂੰ ਰੋਕਣ ਵਾਸਤੇ ਮਲੇਰਕੋਟਲੇ ਵਾਲਿਆਂ ਦੀ ਡਿਊਟੀ ਲਾ ਦਿੱਤੀ। ਸ਼ੇਰ ਮੁਹੰਮਦ ਖਾਨ ਨਵਾਬ ਮਲੇਰਕੋਟਲਾ, ਉਹਦਾ ਭਰਾ ਖਵਾਜ਼ਾ ਮਹਿਮੂਦ ਅਲੀ, ਇਹ ਸਾਰੇ ਪਠਾਨ ਮਲੇਰਕੋਟਲੇ ਵਾਲੇ ਰੋਪੜ ਜਾ ਪਹੁੰਚੇ। ਤਿੰਨ ਮੈਂ ਚਾਰ ਸਰਦਾਰ ਥੇ ਆਈ। ਇਹਨਾਂ ਚ ਵੱਡੇ ਵੱਡੇ ਜਿਹੜੇ ਸਰਦਾਰ ਸੀਗੇ ਚਾਰ ਸਨ, ਨਾਹਰ ਖਾਂ ਕੇ ਥੇ ਜੋ ਭਾਈ। ਇਹ ਨਾਹਰ ਖਾਂ ਦੇ ਭਰਾ ਸਨ। ਨਾਹਰ ਖਾਂ ਕੌਣ ਹੈ? ਉਹ ਮਲੇਰਕੋਟਲੇ ਵਾਲੇ ਸ਼ੇਰ ਮੁਹੰਮਦ ਦਾ ਛੋਟਾ ਭਰਾ, ਜਿਹੜਾ ਜਦੋਂ ਸਾਧ ਸਿੰਘ ਜੀ ਗੜੀ ਦੇ ਵਿੱਚ ਮਹਾਰਾਜ ਉੱਤੇ ਬੈਠੇ ਤੀਰ ਚਲਾ ਰਹੇ ਸੀ ਮਮਟੀ ਦੇ ਉੱਤੇ, ਅਤੇ ਖਵਾਜ਼ਾ ਮਹਿਮੂਦ ਅਲੀ ਅਤੇ ਨਾਹਰ ਖਾਂ ਅਤੇ ਗਨੀ ਖਾਂ ਇਹ ਜਾ ਕੇ ਪੌੜੀਆਂ ਲਾ ਕੇ ਚੜ੍ਹਨ ਲੱਗੇ ਉੱਪਰ ਵੀ ਮਹਾਰਾਜ ਦਾ ਸੀਸ ਵੱਢ ਕੇ ਲਿਆਈਏ।
ਤੇ ਮਹਾਰਾਜ ਦਸਵੇਂ ਪਾਤਸ਼ਾਹ ਨੇ ਲਿਖਿਆ ਜਫਰਨਾਮੇ ਚ ਚੂਦੀਦਮ ਕੇ ਨਾਹਰ ਬਿਆਮਤ ਬਜੰਗ। ਮੈਂ ਵੇਖਿਆ ਕਿ ਨਾਹਰ ਖਾਂ ਮੈਦਾਨੇ ਜੰਗ ਚ ਯਾ ਅਲੀ ਯਾ ਮੁਹੰਮਦ ਦੇ ਨਾਰੇ ਮਾਰਦਾ ਆ ਗਿਆ ਤੇ ਪੌੜੀ ਲਾ ਕੇ ਚੜ੍ਹਨ ਲੱਗਾ ਤੇ ਮਹਾਰਾਜ ਕਹਿੰਦੇ ਮੈਂ ਇੱਕ ਤੀਰ ਕੱਢਿਆ ਤੇ ਉਹਦੀ ਛਾਤੀ ਦਾ ਨਿਸ਼ਾਨਾ ਲਾਇਆ ਤੇ ਸਰਵ ਕਰਦਾ ਤੀਰ ਪਾਰ ਲੰਘ ਗਿਆ। ਨਾਹਰ ਖਾਂ ਧਰਤੀ ਤੇ ਡਿੱਗਾ ਤੇ ਚਾਲੇ ਪਾ ਗਿਆ। ਸੋ ਨਾਹਰ ਖਾਂ ਜਿਹੜਾ ਵੱਡਾ ਜਰਨੈਲ ਦਸਵੇਂ ਪਾਤਸ਼ਾਹ ਨੇ ਮਾਰਿਆ ਸੀ ਉਹਦੇ ਭਰਾ ਸਨ ਸਾਰੇ ਹੀ। ਅਖਵਾਜ ਖਿਦਰ ਔ ਮੁਹੰਮਦ ਸ਼ੇਰ, ਇੱਕ ਦਾ ਨਾਮ ਸੀਗਾ ਸ਼ੇਰ ਮੁਹੰਮਦ ਜਿਹੜਾ ਵੱਡਾ ਇਹਨਾਂ ਵਿੱਚੋਂ ਸੀ, ਦੂਸਰੇ ਦਾ ਨਾਂ ਸੀ ਖਵਾਜ਼ਾ ਮਹਿਮੂਦ ਅਲੀ। ਪਰ ਗੁਰੂ ਦਸਵੇਂ ਪਾਤਸ਼ਾਹ ਨੇ ਉਹਨੂੰ ਖਵਾਜ਼ਾ ਮਰਦੂਦ ਕਿਉਂ ਲਿਖਿਆ? ਕਿਉਂਕਿ ਚਮਕੌਰ ਦੇ ਜੰਗ ਚ ਕੰਧ ਦੇ ਉਹ ਲਿਓ ਕੇ ਆਪਣੀ ਜਾਨ ਬਚਾ ਗਿਆ ਸੀ। ਔਰ ਭਾਈ ਦੋਏ ਹੁਤੇ ਮਤੇਰ, ਦੋ ਇਹਨਾਂ ਦੇ ਮਤਰੇ ਭਰਾ ਵੀ ਸਨ, ਮਾਉ ਮਤਰੇ ਸਨ, ਪਿਉ ਸਕੇ ਸਨ। ਤੇ ਕਰ ਦੌੜ ਸਿੰਘਣ ਪਰ ਪੜੇ, ਇਹ ਚਾਰ ਪੰਜ ਭਰਾ ਜਿਹੜੇ ਸੀਗੇ ਇਹ ਆਪਣੇ ਨਾਲ ਹੋਰ ਬੜੀਆਂ ਭਾਰੀ ਫੌਜਾਂ ਲੈ ਕੇ ਮਲੇਰਕੋਟਲੇ ਤੋਂ ਆਏ ਸੀਗੇ। ਇਹਨਾਂ ਨੇ ਬਾਬੇ ਜਿਹੜੇ ਬਾਬਾ ਦੀਪ ਸਿੰਘ ਜੀ ਦਾ ਦਲ ਸੀਗਾ ਮਾਝੇ ਵਾਲਾ, ਉਹਨਾਂ ਉੱਤੇ ਬੜਾ ਭਾਰੀ ਕਾਰੀ ਹੱਲਾ ਬੋਲਿਆ। ਦੇਖ ਫੌਜ ਸਿੰਘ ਹੋ ਪਏ ਖੜੇ, ਸਿੰਘਾਂ ਨੇ ਵੇਖਿਆ ਵੀ ਸਾਡਾ ਰਸਤਾ ਹੁਣ ਇਹਨਾਂ ਨੇ ਰੋਕ ਲਿਆ ਸੀ, ਤਾਂ ਬਾਬੇ ਬੰਦੇ ਕੋਲ ਪਹੁੰਚਣਾ ਸੀ, ਪਰ ਇਹ ਤਾਂ ਹੁਣ ਹੋਵੇਗਾ ਹੀ, ਇਹ ਕਦੋਂ ਰਸਤਾ ਸਾਨੂੰ ਦੇਣਗੇ? ਸਿੰਘ ਫਿਰ ਉੱਥੇ ਖੜ ਕੇ ਲੜਨ ਲੱਗੇ। ਸਿੰਘ ਪਠਾਨਣ ਪੜ ਗਏ ਭੇੜ, ਉੱਥੇ ਸਿੰਘਾਂ ਦਾ ਤੇ ਪਠਾਣਾ ਦਾ ਮਲੇਰਕੋਟਲੇ ਵਾਲਿਆਂ ਦਾ ਭੇੜਾ ਮੁਕਾਬਲਾ ਹੋ ਗਿਆ। ਸਿੰਘਨ ਪੈ ਉਨ ਕੀਨੋ ਨੇੜ, ਉਹ ਵੀ ਬੜੇ ਬਹਾਦਰ ਸਨ ਮਲੇਰਕੋਟਲੇ ਵਾਲੇ, ਲੜਾਕੇ ਬੜੇ ਸਨ, ਕਿਉਂਕਿ ਉਹਨਾਂ ਦਾ ਕੰਮ ਹੀ ਖਾਨਦਾਨੀ ਪਠਾਣਾ ਦਾ ਜੰਗ ਦਾ ਹੀ ਰਿਹਾ ਹੈ। ਤੇ ਅਗੋਂ ਸਿੰਘ ਵੀ ਬੜੇ ਸੂਰਮੇ ਸਨ, ਬੜੀ ਗਹਿ ਗੱਚ ਲੜਾਈ ਸ਼ੁਰੂ ਹੋ ਗਈ। ਸਿੰਘ ਵੀ ਅੱਗਿਓਂ ਟਰੇ ਸੋ ਨਾਹੀ, ਸਿੰਘ ਕਿਹੜਾ ਟਲਣ ਵਾਲੇ ਸਨ, ਸਿੰਘ ਵੀ ਨਹੀਂ ਟਲਦੇ। ਸਨਮੁਖ ਹੋਏ ਹੋਏ ਜੁੱਧ ਕਰਾਹੇ, ਆਹਮਣੇ ਸਾਹਮਣੇ ਤੇਗਾ ਮਾਰਦੇ ਆ, ਗੋਲੇ ਚੱਲਦੇ ਆ, ਤੀਰ ਛੁੱਟਦੇ ਆ। ਦੀਨ ਮਜ਼ਬ ਇੱਕ ਦੂਜੇ ਗੁਰ ਬੈਰ, ਇੱਕ ਤਾਂ ਧਰਮ ਦੀ ਗੱਲ ਹੈ ਤੇ ਦੂਜਾ ਸਿੰਘਾਂ ਨੂੰ ਚਿੱਪ ਚੜੀ ਆ ਵੀ ਸ੍ਰੀ ਕਲਗੀਧਰ ਪਾਤਸ਼ਾਹ ਦੇ ਸਾਹਿਬਜ਼ਾਦਿਆਂ ਦਾ ਬਦਲਾ ਲੈ ਲਈਏ ਛੇਤੀ ਨਾਲ। ਸਿੰਘ ਮਰੇ ਕਰ ਆਗੇ ਪੈਰ, ਸਿੰਘ ਅੱਗੇ ਹੋ ਕੇ ਸ਼ਹੀਦੀਆਂ ਪਾਉਂਦੇ ਹਨ, ਪੈਰ ਪਿਛਾਨੀ ਕਰਦੇ ਵੀ ਸ਼ਹੀਦ ਹੋਵਾਂਗੇ, ਗੁਰੂ ਦੇ ਸਾਹਿਬਜ਼ਾਦਿਆਂ ਕੋਲ ਜਾਵਾਂਗੇ। ਕੁੰਡਲੀਆ ਛੰਦ ਤੋਪ ਜੰਬੂਰੇ ਰਹਿ ਕਲੇ ਲਾਗੇ ਚੱਲਣ ਅਨੇਕ, ਕਿਉਂਕਿ ਮਲੇਰਕੋਟਲੇ ਵਾਲਿਆਂ ਕੋਲ ਸਰਕਾਰੀ ਅਸਲਾ ਸੀਗਾ, ਬੜੀਆਂ ਵੱਡੀਆਂ ਤੋਪਾਂ ਸਨ, ਰਹਿ ਕਲੇ ਸਨ, ਛੋਟੀਆਂ ਤੋਪਾਂ ਜੰਬੂਰੇ ਸਨ, ਤੇ ਉਹ ਤੋਪਾਂ ਰਹਿ ਕਲੇ ਜੰਬੂਰੇ ਚੱਲਣ ਲੱਗੇ। ਤਬ ਸਿੰਘਨ ਪ੍ਰਿਥਵੀ ਫੜੀ ਅੱਗਿਓਂ ਟਰਿਓ ਨਾ ਏਕ, ਸਿੰਘਾਂ ਕੋਲ ਵੱਧ ਤੋਂ ਵੱਧ ਬੰਦੂਕਾਂ ਸਨ ਜਾਂ ਤੀਰ ਕਮਾਨ ਸਨ, ਵਧੀਆ ਤੋਪਾਂ ਸਿੰਘਾਂ ਕੋਲ ਨਹੀਂ ਸਨ, ਨਾ ਸਿੰਘਾਂ ਕੋਲ ਰਹਿ ਕਲੇ ਜੰਬੂਰੇ, ਜਿਵੇਂ ਅੱਜ ਕੱਲ ਕਹਿ ਲੈਂਦੇ ਆ ਵੀ ਛੋਟੇ ਗੋਲੇ ਚਲਾਉਣ ਵਾਲੇ ਸ਼ਸਤਰ ਚੱਲ ਪਏ ਨੇ, ਪਹਿਲਾਂ ਉਹਨੂੰ ਰਹਿ ਕਲਾ ਕਹਿੰਦੇ ਸੀਗੇ। ਉਹ ਰਹਿ ਕਲਾ ਜਾਂ ਜੰਬੂਰਾ ਉਹ ਇੱਕ ਬੰਦਾ ਚੁੱਕ ਕੇ ਚਲਾ ਲੈਂਦਾ, ਪਰ ਉਹਦਾ ਗੋਲਾ ਮੋਟਾ ਹੁੰਦਾ, ਤੇ ਜਿਹੜੀ ਤੋਪ ਹੁੰਦੀ ਆ ਉਹ ਫਿਰ ਕਿਸੇ ਹਾਥੀ ਦੇ ਪਿੱਛੇ ਖਿੱਚ ਕੇ ਲਿਜਾਣੀ ਜਾਂ ਬਲਦਾਂ ਦੇ ਜਾਂ ਕਿਸੇ ਤਰੀਕੇ ਨਾਲ, ਉਹ ਵੱਡੀ ਹੁੰਦੀ ਹੈ ਪਹੀਆਂ ਵਾਲੀਆਂ ਤੋਪਾਂ। ਤੋਪਾਂ ਰਹਿ ਕਲੇ ਜੰਬੂਰੇ ਤੁਰਕਾਂ ਕੋਲ ਬੜੇ ਸੀਗੇ, ਚੱਲਣ ਲੱਗ ਪਏ, ਹੁਣ ਸਿੰਘ ਕੀ ਕਰਦੇ? ਤਬ ਸਿੰਘਨ ਪ੍ਰਿਥਵੀ ਫੜੀ, ਉਸ ਵੇਲੇ ਜਦੋਂ ਜੰਗ 'ਚ ਤੋਪਾਂ ਦੇ ਗੋਲੇ ਪੈਂਦੇ ਉਸ ਵੇਲੇ ਇੱਕੋ ਹੀ ਤਰੀਕਾ ਹੁੰਦਾ, ਧਰਤੀ 'ਤੇ ਲੰਮੇ ਪੈ ਜਾਓ, ਮੋਰਚੇ ਦੇ ਵਿੱਚ ਲੰਮੇ ਪੈ ਕੇ ਫਿਰ ਗੋਲੀ ਚਲਾਈ ਤਾਂ ਕਿ ਉੱਪਰੋਂ ਦੁਸ਼ਮਣ ਦੇ ਗੋਲੇ ਲੰਘ ਜਾਣ। ਸਿੰਘਾਂ ਕੋਲ ਹੋਰ ਕੋਈ ਕਿਲਾ ਤਾਂ ਹੈ ਨਹੀਂ ਸੀ, ਜਿਹੜੇ ਜ਼ਮੀਨ ਦੀਆਂ ਸੀਗੀਆਂ ਬੰਨੀਆਂ ਜਾਂ ਮਾੜੇ ਮੋਟੇ ਟੋਏ ਪੁੱਟੇ ਹੋਏ ਸੀਗੇ ਉਹਨਾਂ 'ਚ ਮੋਰਚੇ ਬੰਦੀ ਕਰਕੇ ਸਿੰਘ ਲੜਨ ਲੱਗੇ। ਅੱਗਿਓ ਟਰਿਓ ਨਾ ਏਕ ਆਣ ਜਬ ਗਾਢ ਸੋ ਪਰਿਓ, ਪਰ ਸਿੰਘ ਟਲੇ ਨਹੀਂ, ਉਹਨਾਂ ਨੇ ਇਹ ਨਹੀਂ ਸੋਚਿਆ ਮੈਨੂੰ ਭੱਜ ਜਾਈਏ, ਅਸੀਂ ਥੋੜੇ ਹਾਂ, ਸਾਡੇ ਕੋਲ ਅਸਲਾ ਕੋਈ ਨਹੀਂ। ਉਹਨਾਂ ਨੇ ਆਖਿਆ ਅਸੀਂ ਸ਼ਹੀਦ ਹੀ ਹੋਣਾ ਨਾ, ਸਰਹੰਦ ਜਾ ਕੇ ਨਾ ਹੋਵਾਂਗੇ, ਇੱਥੇ ਹੋ ਜਾਵਾਂਗੇ, ਪਰ ਹੋਣਾ ਗੁਰੂ ਦੇ ਰਾਹ 'ਤੇ ਹੈ। ਇੱਕੋ ਹੀ ਭਾਵਨਾ ਸੀ, ਗੁਰੂ ਦੇ ਨਾਂ 'ਤੇ ਮਰਨ ਵਾਲੇ ਉਹ ਗੁਰੂ ਦੇ ਪਿਆਰੇ ਅਗਾਹੀ ਵੱਧਦੇ ਗਏ। ਤੁਰਕਣ ਫਿਰ ਗਇਓ ਪੈਰ ਸਿੰਘਣ ਨੇ ਆਗਾ ਕਰਿਓ, ਕਹਿੰਦੇ ਭਾਣਾ ਐਸਾ ਪਰਮੇਸ਼ਰ ਦਾ ਸ਼ਹੀਦੀ ਫੌਜਾਂ ਨੇ ਕਲਾ ਵਰਤਾ ਦਿੱਤੀ, ਤੁਰਕਾਂ ਦੇ ਪੈਰ ਹਿਲਾ ਦਿੱਤੇ ਸਿੰਘਾਂ ਨੇ। ਸਿੰਘ ਲੱਗੇ ਉਹਾਂ ਅਤ ਘਣੇ ਤਾਂ ਖਾਲਸਾ ਆਇਓ ਕੋਪ, ਸਿੰਘ ਬਹੁਤ ਲੱਗੇ ਉੱਥੇ, ਲੱਗੇ ਦਾ ਮਤਲਬ ਹੁੰਦਾ ਵੀ ਜੰਗ ਦੇ ਕੰਮ ਆਏ, ਸ਼ਹੀਦ ਹੋ ਗਏ ਬਹੁਤ ਸਾਰੇ ਸਿੰਘ, ਰੋਪੜ ਹੀ ਸ਼ਹੀਦ ਹੋ ਗਏ ਜਿਹੜੇ ਮਾਝੇ ਤੋਂ ਆਏ ਸਨ। ਖਾਲਸਾ ਹੱਲਾ ਤਬ ਕੀਓ ਛੱਡ ਗਏ ਘੋੜੇ ਤੁਰਕ ਤੋਪ, ਸਿੰਘਾਂ ਨੇ ਜ਼ੋਰ ਦਾ ਹੱਲਾ ਬੋਲਿਆ,
ऐसा हल्ला बोलिया सत श्री अकाल दे जकारे गजा के तुरकां दीआं तोपां खड़ियां ही रह गईआं ते सिंह तोपां दे उपर जा चढ़े। चाओ पई ख्वाज खिदर सुन आए सो पयो। उधरों ख्वाजा खिदर जिहड़ा सी ख्वाजा मरदूद अली, ख्वाजा मरदूद अली ने फिर अपनी फौज अगे लियांदी। ਉਹ ਤਾਜ਼ਾ ਦਮ ਸੈਨਾ ਦਾ ਟੁਕੜਾ ਜਥਾ ਲੈ ਕੇ ਸਿੰਘਾਂ ਨਾਲ ਲੜਨ ਲਈ, ਸਿੰਘਾਂ ਦਾ ਹੱਲਾ ਰੋਕਣ ਲਈ ਆਇਆ ਅੱਗੇ। ਹੁਣ ਸਿੰਘਾਂ ਨੇ ਮੁਖ ਆਣ ਫਿਰਿਓ, ਪਰ ਜਦੋਂ ਖਵਾਜ਼ਾ ਮਹਿਮੂਦ ਅਲੀ ਆਇਆ ਨਾ, ਉਹਦੀ ਤਾਜ਼ਾ ਦਮ ਫੌਜ ਇਕਦਮ ਪਈ, ਉਹਦੇ ਨਾਲ ਸਿੰਘਾਂ ਦੇ ਫਿਰ ਪੈਰ ਹਿੱਲ ਗਏ। ਇੱਕ ਵਾਰੀ ਤਾਂ ਸਿੰਘ ਕਾਮਯਾਬ ਹੋ ਚੱਲੇ ਸੀਗੇ, ਪਰ ਖਵਾਜ਼ਾ ਮਰਦੂਦ ਨੇ ਆ ਕੇ ਸਿੰਘਾਂ ਦਾ ਫਿਰ ਕੰਮ ਖਰਾਬ ਕਰ ਦਿੱਤਾ। ਯਾਨੀ ਉਹਨਾਂ ਦੇ ਮੋਰਚੇ ਦੇ ਵਿੱਚ ਸਿੰਘਾਂ ਦੇ ਪੈਰ ਹਿਲਾ ਦਿੱਤੇ ਖਵਾਜ਼ੇ ਨੇ। ਤਬ ਹੈ ਖਾਲਸਾ ਬਾਤ ਵਿਚਾਰੀ, ਹੁਣ ਸਿੰਘਾਂ ਨੇ ਵਿਚਾਰ ਕੀਤੀ, ਨੱਠ ਕਰ ਬਚੈ ਕਬ ਫੌਜ ਹਮਾਰੀ। ਵੀ ਜੇ ਆਪਾਂ ਹੁਣ ਨੱਠਾਂਗੇ ਨਾ ਤੇ ਨੱਠ ਕੇ ਬਚਣਾ ਕੋਈ ਨੀ, ਆਪਾਂ ਸਾਰੇ ਮਾਰੇ ਜਾਵਾਂਗੇ, ਕਿਉਂਕਿ ਇਹਨਾਂ ਨੇ ਤੋਪਾਂ ਦੇ ਗੋਲੇ ਪਿੱਛੋਂ ਛੱਡਣੇ ਨੇ ਤੇ ਭੱਜੇ ਜਾਂਦੇ ਮਾਰੇ ਜਾਵਾਂਗੇ, ਜਿਹੜੇ ਥੋੜੇ ਜੇ ਬਚੇ ਆ ਉਹ ਵੀ ਮਾਰੇ ਜਾਵਾਂਗੇ। ਸਿੰਘ ਸੋ ਬੈਠ ਉਹਾਂ ਹੀ ਰਹੇ। ਸਿੰਘ ਕਹਿੰਦੇ ਭੱਜ ਕੇ ਨਹੀਂ ਮਰਨਾ, ਲੜ ਕੇ ਮਰਨਾ ਹੈ। ਇੱਥੇ ਬਹਿ ਗਏ ਸਿੰਘ, ਲੰਮੇ ਪੈ ਗਏ ਛੱਡ ਤੇ, ਉੱਥੋਂ ਲੰਮੇ ਪੈ ਗਏ ਗੋਲੀਆਂ ਚਲਾਣ ਲੱਗੇ। ਜਨਕ ਬੈਠ ਕਰ ਡੇਰੋ ਬਹੇ। ਏਦਾਂ ਵੀ ਜਿਵੇਂ ਪੱਕਾ ਆਪਣਾ ਘਰ ਬਣਾ ਕੇ ਬੈਠੇ ਹੁਣ ਜੰਗ ਦੇ ਮੈਦਾਨ ਚ, ਏਦਾਂ ਬਹਿ ਗਏ ਸਿੰਘ ਡੇਰਾ ਪਾ ਕੇ। ਬਹੁਤ ਜ਼ੋਰ ਤਹਿ ਕੀਓ ਪਠਾਨਨ। ਪਠਾਣਾ ਨੇ ਵੀ ਪੂਰਾ ਜ਼ੋਰ ਲਾਇਆ ਵੀ ਅੱਜ ਸਿੱਖ ਇੱਕ ਨੀ ਜਿਉਂਦਾ ਛੱਡਣਾ। ਸਿੰਘਾਂ ਨੇ ਪਕੜਿਓ ਖੂਬ ਮੈਦਾਨਨ। ਪਰ ਸਿੰਘਾਂ ਨੇ ਵੀ ਮੈਦਾਨ ਚੋਂ ਹਿੱਲਣ ਦੀ ਸਹੁੰ ਪਾ ਲਈ ਵੀ ਹਿੱਲਣਾ ਨਹੀਂ, ਇੱਥੇ ਹੀ ਮਰਾਂਗੇ ਹੁਣ। ਤਾਂ ਉਹ ਕਿਸ਼ ਢੁੱਕੇ ਦਿਖਿਓ ਦਿਨ ਨੇੜਾ। ਉਧਰੋਂ ਸਾਧ ਸੰਗਤ ਜੀ ਸੂਰਜ ਛਿਪਣ ਵਾਲਾ ਹੋ ਗਿਆ। ਤੁਰਕ ਕਹੇ ਸਿੰਘ ਮਰੇ ਨਾ ਘੇਰਾ। ਤੁਰਕ ਕਹਿੰਦੇ ਆ ਵੀ ਸਿੰਘ ਮਰਦੇ ਨਹੀਂ, ਅਸੀਂ ਕਿੰਨਾ ਜ਼ੋਰ ਲਾ ਰਹੇ ਹਾਂ, ਅੱਜ ਹੀ ਮਾਰ ਦਈਏ ਸਾਰਿਆਂ ਨੂੰ। ਦਾਰੂ ਸਿੱਕੋ ਇਨ ਮੁੱਕ ਗਯੋ। ਕਿਉਂਕਿ ਤੁਰਕਾਂ ਕੋਲ ਰਿਪੋਰਟਾਂ ਪਹੁੰਚੀਆਂ ਹੋਈਆਂ ਸੀ ਵੀ ਸਿੰਘਾਂ ਕੋਲ ਵੱਧ ਤੋਂ ਵੱਧ ਇੱਕ ਇੱਕ ਦੋ ਦੋ ਬੰਦੂਕਾਂ ਹਨ, ਤੀਰ ਕਮਾਨ ਹਨ, ਗਾਤਰੇ ਢਾਲ ਤਲਵਾਰ ਬਰਛਾ, ਇਹ ਤੋਂ ਵੱਧ ਕਿਹੜਾ ਅਸਲਾ ਇਹਨਾਂ ਕੋਲ, ਇਹ ਵੀ ਮੁੱਕਣ ਵਾਲਾ ਹੈ, ਇਹ ਕਿੰਨਾ ਕੁ ਚਿਰ ਲੜਨਗੇ। ਭੁੱਖ ਪਿਆਸ ਇਨ ਬਲ ਗਯੋ। ਭੁੱਖੇ ਪਿਆਸੇ ਨੇ, ਇਹਨਾਂ ਦੇ ਕੋਲ ਬਲ ਨਹੀਂ ਹੈ, ਬਹੁਤਾ ਚਿਰ ਨਹੀਂ ਖੜਨ ਲੱਗੇ ਹੁਣ। ਕਰੋ ਹੱਲਾ ਇਨ ਲਈਏ ਮਾਰ। ਖਵਾਜ਼ਾ ਮਹਿਮੂਦ ਅਲੀ ਰੌਲਾ ਪਾਈ ਜਾਂਦਾ, ਹੱਲਾ ਕਰੋ, ਇੱਕੋ ਵਾਰੀ ਮਾਰ ਲੋ ਸਿੱਖਾਂ ਨੂੰ। ਮਲੇਰੀਆਂ ਨੇ ਇਮ ਕਰੀ ਵਿਚਾਰ। ਮਲੇਰ ਕੋਟਲੇ ਵਾਲਿਆਂ ਨੇ ਵਿਚਾਰ ਕੀਤੀ ਵੀ ਆਪਾਂ ਹੁਣ ਭਜਾ ਦਈਏ ਸਿੱਖਾਂ ਨੂੰ, ਛੱਡੀਏ ਨਾ। ਮੋਹਰਾ ਭਇਓ ਅਖਵਾਜ਼ ਮਰਦੂਦ। ਉਹਨਾਂ ਵਿੱਚੋਂ ਸਭ ਤੋਂ ਮੋਹਰੇ ਲੜ ਰਿਹਾ ਸੀ ਖਵਾਜ਼ਾ ਮਹਿਮੂਦ ਅਲੀ। ਆਇਓ ਉੱਪਰ ਖਾਲਸੇ ਜੂਦ। ਇਹ ਸਿੰਘਾਂ ਦੇ ਉੱਤੇ ਬੜਾ ਭਾਰੀ ਹੱਲਾ ਕਰਕੇ ਜਿੱਦ ਦੇ ਨਾਲ ਆਇਆ ਵੀ ਮੈਂ ਸਿੰਘ ਛੱਡਣੇ ਨੀ, ਮਾਰ ਦੇਣੇ ਸਾਰੇ। ਇੱਕ ਇੱਕ ਦੋ ਦੋ ਗੋਲੀ ਥੀ ਰਹੀ। ਕਿਉਂਕਿ ਉਸ ਵੇਲੇ ਸਿੰਘਾਂ ਦੇ ਕੋਲ ਬੰਦੂਕਾਂ ਤੇ ਸੀਗੀਆਂ, ਪਰ ਉਹਨਾਂ ਚ ਚਲਾਣ ਵਾਸਤੇ ਗੋਲੀਆਂ ਕੋਈ ਨੀ ਸੀਗੀਆਂ, ਇੱਕ ਇੱਕ ਦੋ ਦੋ ਗੋਲੀਆਂ ਮੱਛੀ ਬਚੀਆਂ ਸਨ। ਸੋ ਸਿੰਘਣ ਦਾਗੇ ਦਈ। ਉਹ ਵੀ ਫਿਰ ਸਿੰਘਾਂ ਨੇ ਮਰਦੇ ਵੇਲੇ ਉਹ ਵੀ ਚਲਾ ਦਿੱਤੀਆਂ, ਦਾਗ ਦਿੱਤੀਆਂ ਵੀ ਹੁਣ ਚੜ੍ਹਾਈ ਤਾਂ ਕਰ ਹੀ ਜਾਣੀ ਹੈ, ਜਿੰਨੇ ਕੁ ਦੁਸ਼ਮਣ ਮਰਦੇ ਮਾਰੀਏ। ਉਹ ਆਪਣੀਆਂ ਅੰਤਮ ਗੋਲੀਆਂ ਸਿੰਘਾਂ ਨੇ ਦਾਗ ਦਿੱਤੀਆਂ। ਅਖਵਾਜ਼ ਸੀਸ ਲੱਗ ਗਈ ਕਾਰੀ। ਖਾਲਸਾ ਜੀ ਗੁਰੂ ਪਰਮੇਸ਼ਰ ਦੀ ਖੇਡ ਵਰਤੀ, ਉਹ ਜਿਹੜਾ ਕਲਗੀਧਰ ਦੇ ਤੀਰ ਤੋਂ ਬਚਿਆ ਸੀ ਨਾ, ਅੱਜ ਕਿਸੇ ਸਿੰਘ ਦੀ ਗੋਲੀ ਦਾ ਸ਼ਿਕਾਰ ਹੋ ਗਿਆ, ਮੱਥੇ ਵਿੱਚ ਗੋਲੀ ਵੱਜੀ ਖਵਾਜ਼ੇ ਮਰਦੂਦ ਦੇ। ਪੈ ਗਏ ਉਹ ਤੁਰਤ ਸੋ ਭੂਮ ਮਝਾਰੀ। ਧੜੰਮ ਕਰਕੇ ਖਵਾਜ਼ਾ ਮਹਿਮੂਦ ਅਲੀ ਘੋੜੇ ਤੋਂ ਡਿੱਗਾ ਤੇ ਸਦਾ ਲਈ ਧਰਤੀ ਤੇ ਸੌਂ ਗਿਆ। ਮੋਇਓ ਅਖਵਾਜ਼ ਜੋ ਗੁਰ ਕਹਿਓ ਮਰਦੂਦ। ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਫਰਨਾਮੇ ਚ ਉਹਦਾ ਨਾਂ ਲਿਖਿਆ ਖਵਾਜ਼ਾ ਮਰਦੂਦ। ਮਰਦੂਦ ਦਾ ਮਤਲਬ ਹੁੰਦਾ ਰੱਦ ਕੀਤਾ ਹੋਇਆ, ਬੇਕਾਰ ਆਦਮੀ, ਭੱਦਾ, ਕਾਇਰ, ਬੁਜ਼ਦਿਲ ਬੰਦਾ। ਤੇ ਉਹ ਜਿਸ ਨੂੰ ਮਹਾਰਾਜ ਨੇ ਸਰਾਪਿਆ ਸੀ, ਉਹ ਸਿੰਘਾਂ ਦੇ ਹੱਥੋਂ ਰੋਪੜ ਦੀ ਲੜਾਈ ਚ ਮਾਰਿਆ ਗਿਆ। ਮਲੇਰੀਅਨ ਮੈਥੋ ਬੱਡੋ ਗਦੂਦ। ਗਦੂਦ ਕਹਿੰਦੇ ਆ ਜਿਵੇਂ ਕਿਸੇ ਨੂੰ ਫੋੜਾ ਨਿਕਲਿਆ ਹੋਵੇ, ਉਹਨੂੰ ਕਹਿੰਦੇ ਗਦੂਦ। ਗਦੂਦਾਂ ਦੀ ਬਿਮਾਰੀ ਵੀ ਹੁੰਦੀ ਆ, ਆਪਰੇਸ਼ਨ ਵਗੈਰਾ ਕਰਦੇ ਆ, ਪਰ ਇੱਥੇ ਗਦੂਦ ਦਾ ਅਰਥ ਹੈ ਉਹ ਬੱਕਰਾ ਜਿਹਦੀ ਧੌਣ ਦੇ ਉੱਤੇ ਗਦੂਦ ਹੋਇਆ ਹੋਵੇ। ਬੱਕਰੇ ਹੁੰਦੇ ਨਾ, ਕਈ ਤਾਂ ਸਿੰਘਾਂ ਵਾਲੇ ਹੁੰਦੇ, ਕਈ ਬਿਨਾਂ ਸਿੰਘਾਂ ਦੇ ਹੁੰਦੇ ਆ, ਉਹ ਜਿਹੜੇ ਮੋਨੇ ਬੱਕਰੇ ਹੁੰਦੇ ਆ ਨਾ, ਉਹਨਾਂ ਦੀ ਆਹ ਜਿਹੜੀ ਧੌਣ ਹੁੰਦੀ ਹੈ ਉਹਦੇ ਉੱਤੇ ਉਹ ਬੜਾ ਨਾ ਸਖਤ ਜਿਹਾ ਚੰਮ ਹੁੰਦਾ ਬੜਾ, ਜੇ ਤਲਵਾਰ ਮਾਰੀਏ ਤੇ ਬੁੜਕ ਕੇ ਜਾ ਪੈਂਦੀ, ਉਹਨੂੰ ਵੱਢਿਆ ਨਹੀਂ ਜਾਂਦਾ। ਮਲੇਰੀਅਨ ਮੈਥੋਂ ਬੜੋ ਗਦੂਦ। ਗਦੂਦ ਜਿਵੇਂ ਬੱਕਰਾ ਹੁੰਦਾ, ਗਦੂਦ ਬੱਕਰਾ ਇੱਦਾਂ ਦਾ ਸੀ, ਝਟਕਿਆ ਵੀ ਨਹੀਂ ਸੀ, ਝਟਕਿਆ ਜਾਣ ਵਾਲਾ।
ਉੱਥੇ ਚਮਕੌਰ ਜਾ ਕੇ ਬਚ ਗਿਆ ਕਲਗੀਧਰ ਪਾਤਸ਼ਾਹ ਤੋਂ, ਭਾਵੇਂ ਲੁੱਕ ਕੇ ਬਚਿਆ, ਪਰ ਅੱਜ ਮਹਾਰਾਜ ਦੀ ਖੇਡ ਵਰਤੀ ਕਿ ਖਾਲਸੇ ਦੀ ਗੋਲੀ ਦਾ ਸ਼ਿਕਾਰ ਹੋ ਗਿਆ। ਇਸ ਕੋ ਚੁੱਕਣ ਆਏ ਉਸ ਭਾਈ, ਉਹਦੇ ਭਰਾ ਸ਼ੇਰ ਮੁਹੰਮਦ ਵਗੈਰਾ ਉਹਨੂੰ ਚੁੱਕਣ ਆਏ, ਉਹਨ ਦੋਵੇਂ ਭੀ ਜਾਨ ਗਵਾਈ, ਜਿਹੜੇ ਉਹਦੇ ਛੋਟੇ ਭਰਾ ਉਹ ਦੋਵੇਂ ਉਹ ਵੀ ਨਾਲ ਮਾਰੇ ਗਏ। ਸ਼ੇਰ ਮੁਹੰਮਦ ਸੁਣ ਕਰ ਆਇਆ, ਸ਼ੇਰ ਮੁਹੰਮਦ ਪਿੱਛੋਂ ਆਇਆ ਤਿੰਨਾਂ ਭਰਾਵਾਂ ਦੀ ਮੌਤ ਸੁਣ ਕੇ, ਹੋਏ ਕਰ ਜ਼ਖਮੀ ਪਿੱਛਾ ਧਾਇਆ, ਉਹ ਵੀ ਗੋਲੀ ਲੱਗ ਕੇ ਜ਼ਖਮੀ ਹੋ ਗਿਆ, ਉਹ ਵੀ ਸਾਬਤ ਨਹੀਂ ਗਿਆ ਸਿੰਘਾਂ ਤੋਂ, ਉਹ ਵੀ ਨਿਸ਼ਾਨਾ ਲੈ ਕੇ ਗਿਆ। ਔਰ ਖਾਲਸਾ ਜੀ, ਕਈ ਬਚਨ ਐਸੇ ਆ ਜਿਹੜੇ ਅਜੇ ਤੱਕ ਸਾਨੂੰ ਪਤਾ ਨਹੀਂ। ਜਿਹੜਾ ਇਹਨੇ ਹਾ ਦਾ ਨਾਰਾ ਮਾਰਿਆ ਮਲੇਰਕੋਟਲੇ ਵਾਲੇ ਨੇ, ਉਹਦਾ ਵੀ ਕਾਰਨ ਵੀਰ ਮਰਗੇਸ਼ ਗ੍ਰੰਥ ਵਿੱਚ ਲਿਖਿਆ ਹੈ ਵੀ ਇੱਕ ਬੀਬੀ ਰੂਪ ਕੌਰ ਨਾਮ ਦੀ, ਜਿਹੜੀ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ 'ਤੇ ਪੂਰਨ ਪ੍ਰੇਤ ਭਾਵਨਾ ਰੱਖਦੀ ਸੀ, ਪ੍ਰੇਮ ਭਾਵਨਾ ਵਾਲੀ ਸ਼ਰਧਾਵਾਨ ਬੀਬੀ ਸੀ, ਉਹਨੂੰ ਜਦੋਂ ਇਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਲੋਕ ਜਾ ਰਹੇ ਸਨ, ਉਹਨੂੰ ਮਲੇਰਕੋਟਲੇ ਵਾਲਾ ਫੜ ਕੇ ਲੈ ਗਿਆ ਸੀ। ਔਰ ਇਹ ਕਹਿੰਦਾ ਸੀ ਵੀ ਤੂੰ ਮੁਸਲਮਾਨ ਨਹੀਂ ਬਣ ਅਤੇ ਮੇਰੇ ਨਾਲ ਸ਼ਾਦੀ ਕਰਾ, ਮੇਰੀ ਬੇਗਮ ਬਣ। ਅਤੇ ਉਹ ਬੀਬੀ ਕਹਿੰਦੀ ਸੀ ਵੀ ਮੇਰੇ ਤਾਂ ਹੁਣ ਤਨ ਮਨ ਧਨ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਪਣ ਹੋ ਚੁੱਕਾ, ਮੈਂ ਤੇਰੇ ਮੱਥੇ ਨਹੀਂ ਲੱਗਣਾ। ਉਹ ਬੀਬੀ ਵੀ ਸਰਹੰਦ ਸੀ ਜਦੋਂ ਸਾਹਿਬਜ਼ਾਦੇ ਛੋਟੇ ਉੱਥੇ ਸਨ, ਅਤੇ ਮਲੇਰਕੋਟਲੇ ਵਾਲੇ ਨਵਾਬ ਨੂੰ ਜਦੋਂ ਇਹਨੇ ਵਾਰ ਵਾਰ ਉਸ ਬੀਬੀ ਨੂੰ ਸਤਾਇਆ ਅਤੇ ਉਹਨੇ ਕਿਹਾ ਸੀ ਅੱਛਾ ਮੈਂ ਸੋਚਾਂਗੀ, ਤੂੰ ਹੋ ਸਕਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਬੱਚੇ ਤੇ ਬਚਾ ਦੇ, ਜੇ ਤੂੰ ਉਹਨਾਂ ਦੇ ਬੱਚੇ ਬਚਾ ਦੇਵੇਂ ਤੇ ਫਿਰ ਅਸੀਂ ਤੇਰੇ ਨਾਲ ਹੋ ਸਕਦਾ ਸ਼ਾਦੀ ਕਰਾ ਲਈਏ। ਇਹ ਬਚਨ ਕਹਿ ਕੇ ਉਹਨੇ ਉਹ ਸਮਾਂ ਬਚਾ ਰਿਹਾ ਸੀਗਾ, ਪਰ ਉਹ ਇਹਦੀ ਗੱਲ ਨਹੀਂ ਚੱਲੀ। ਉਸ ਲਾਲਚ ਵਿੱਚ ਇਹਨੇ ਇਤਿਹਾਦ ਦਾ ਨਾਰਾ ਮਾਰਿਆ, ਪਰ ਬਾਅਦ ਵਿੱਚ ਖਾਲਸਾ ਜੀ ਜਦੋਂ ਉਹ ਬੀਬੀ ਨੂੰ ਕੈਦ ਕਰਕੇ ਲੈ ਗਿਆ ਮਲੇਰਕੋਟਲੇ, ਉਹਨੇ ਇਹਦੀ ਗੱਲ ਨਹੀਂ ਮੰਨੀ। ਇੱਕ ਮਹੀਨਾ ਬੜੇ ਤਸੀਹੇ ਭੁੱਖੀ ਪਾਣੀ ਰੱਖੀ, ਅਖੀਰ ਉਹ ਸਰੀਰ ਤਿਆਗ ਗਈ ਸੀ, ਪਰ ਇਹਦੀ ਸ਼ਰਤ ਉਹਨੇ ਮੰਨੀ ਨਹੀਂ। ਉਹਦੀ ਕਬਰ ਬਣਾ ਕੇ ਰੱਖੀ 100-150 ਸਾਲ ਮਲੇਰਕੋਟਲੇ ਵਿੱਚ। ਬਾਬਾ ਸਾਹਿਬ ਸਿੰਘ ਜੀ ਬੇਦੀ ਨੇ, ਲੁਧਿਆਣੇ ਕੋਲ ਇੱਕ ਮਕਸੂਦੜਾ ਸਥਾਨ ਹੈ ਬਾਬਾ ਜੀ ਦਾ, ਬਾਬਾ ਬੇਦੀ ਸਾਹਿਬ ਦਾ, ਉੱਥੇ ਸਿੰਘਾਂ ਦੀ ਮੀਟਿੰਗ ਸੱਦੀ, ਕਹਿਣ ਲੱਗੇ ਸਿੰਘੋ ਮਲੇਰਕੋਟਲੇ 'ਤੇ ਹਮਲਾ ਕਰੀਏ। ਉਹ ਕਹਿੰਦੇ ਜੀ ਮਲੇਰਕੋਟਲੇ 'ਤੇ ਹੁਕਮ ਨਹੀਂ ਹੈ ਮਹਾਰਾਜ ਦਸਵੇਂ ਪਾਤਸ਼ਾਹ ਦਾ ਹਮਲਾ ਕਰਨ ਦਾ। ਉਹ ਕਹਿੰਦੇ ਹੁਕਮ ਤਾਂ ਨਹੀਂ ਹੈ, ਪਰ ਉੱਥੇ ਸਾਡੀ ਮਾਤਾ ਦਾ ਸਰੀਰ ਪਿਆ, ਸੰਸਕਾਰ ਕਰਨਾ ਕਬਰ ਵਿੱਚ। ਸਿੰਘਾਂ ਨੇ ਆਖਿਆ ਬਾਬਾ ਜੀ ਮਾਤਾ ਕਿਹੜੀ? ਉਹ ਕਹਿੰਦੇ ਰੂਪ ਕੌਰ, ਉੱਥੇ ਉਹ ਮਾਤਾ ਨੇ ਜੱਤ ਸੱਤ ਰੱਖ ਕੇ ਸਿੱਖੀ ਨਿਭਾਈ ਹੈ, ਇਸ ਤੁਰਕ ਨੇ ਉਹਦਾ ਸੰਸਕਾਰ ਨਹੀਂ ਕੀਤਾ। ਫਿਰ ਸਿੰਘ ਮਲੇਰਕੋਟਲੇ ਆਏ ਅਤੇ ਭਾਵੇਂ ਥੋੜ੍ਹਾ ਜਿਹਾ ਮਲੇਰਕੋਟਲੇ ਵਾਲਿਆਂ ਨਾਲ ਜੰਗ ਵੀ ਹੋਇਆ, ਪਰ ਕਿਸੇ ਦਾ ਵਚਨ ਸੀ ਨਾ ਮਹਾਰਾਜ ਦਾ ਵੀ ਜਾਨ ਨਹੀਂ ਲੈਣੀ। ਇਸ ਤਰੀਕੇ ਨਾਲ ਜਾ ਕੇ ਕਬਜ਼ਾ ਕਰ ਲਿਆ, ਉਹ ਬੀਬੀ ਦਾ ਸਰੀਰ ਕੱਢ ਕੇ ਸੰਸਕਾਰ ਬਾਬਾ ਸਾਹਿਬ ਸਿੰਘ ਜੀ ਬੇਦੀ ਨੇ ਲਗਭਗ 100-125 ਸਾਲ ਬਾਅਦ ਕੀਤਾ। ਸੋ ਖਾਲਸਾ ਜੀ, ਇਸ ਤਰ੍ਹਾਂ ਦੇ ਬੇਅੰਤ ਇਤਿਹਾਸ ਦੇ ਵਿੱਚ ਲੁਕੇ ਹੋਏ ਪੱਖ ਹਨ ਜਿਹੜੇ ਆਮ ਸੰਗਤਾਂ ਵਿੱਚ ਇਤਿਹਾਸ ਵਿੱਚ ਨਹੀਂ ਆਉਂਦੇ। ਮਲੇਰਕੋਟਲੇ ਵਾਲੇ ਜਿਹੜੇ ਸੀਗੇ ਉਹ ਸਿੱਖਾਂ ਦੇ ਕੋਈ ਭਾਈਬੰਦ ਜਾਂ ਰਿਸ਼ਤੇਦਾਰ ਨਹੀਂ ਸੀਗੇ। ਉਹ ਗੱਲ ਜਿਹੜੀ ਸੀ ਉਹਨੇ ਜਿਹੜੀ ਕਹੀ ਕਿ ਬੱਚੇ ਸ਼ੀਰਖੋਰ ਹਨ, ਇਹਨਾਂ ਨੂੰ ਨਾ ਮਾਰਿਆ ਜਾਵੇ। ਕਲਗੀਧਰ ਪਾਤਸ਼ਾਹ ਨੇ ਉਹਨੂੰ ਇੱਕ ਨੇਕੀ ਦਾ ਪੱਖ ਸਮਝ ਕੇ ਬਖਸ਼ਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਮਹਾਰਾਜ ਨੇ ਸਿੱਧ ਕੀਤਾ ਵੀ ਜੇ ਨੇਕੀ ਦੁਸ਼ਮਣ ਵਿੱਚ ਵੀ ਹੋਵੇ ਤਾਂ ਉਹਦੀ ਕਦਰ ਕਰਨੀ ਹੈ। ਅੱਜ ਤੱਕ ਮਲੇਰਕੋਟਲਾ ਵੱਸਦਾ, ਪੰਜਾਬ ਦੇ ਵਿੱਚ ਹੋਰ ਤੁਹਾਨੂੰ ਕਿਤੇ ਆਬਾਦੀ ਨਹੀਂ ਮੁਸਲਮਾਨਾਂ ਦੀ ਮਿਲਦੀ। ਉਹ ਵਚਨ ਦਾ ਪ੍ਰਤੱਖ ਪ੍ਰਤਾਪ ਹੈ, ਸਕਲ ਮਲੇਸ਼ਨ ਕੀ ਜੜ ਗਈ, ਇੱਕ ਮਲੇਰੀਅਨ ਕੀ ਬਚ ਰਹੀ। ਬਾਕੀ ਜੜ ਪੁੱਟ ਦਿੱਤੀ ਮਲੇਰਕੋਟਲੇ ਵਾਲਿਆਂ ਦੀ ਰੱਖ ਲਈ ਕਲਗੀਧਰ ਪਾਤਸ਼ਾਹ। ਇਹ ਹੈ ਸਤਿਗੁਰਾਂ ਦੀ ਵਡਿਆਈ। ਬਾਕੀ ਇਹਨਾਂ ਦਾ ਇਤਿਹਾਸ ਜਿਹੜਾ ਹੈ ਨਾ ਮਲੇਰਕੋਟਲੇ ਵਾਲਿਆਂ ਦਾ, ਕਦੀ ਸਿੱਖਾਂ ਨਾਲ ਭਾਈਚਾਰਾ ਨਹੀਂ ਨਿਭਾਇਆ। ਵੱਡੇ ਘੱਲੂ ਘਾਰੇ ਦੇ ਵਿੱਚ ਜਦੋਂ ਅਬਦਾਲੀ ਪਿੱਛੋਂ ਆ ਰਿਹਾ ਸੀ, ਇਹ ਅੱਗੋਂ ਰਾਹ ਰੋਕ ਕੇ ਖਲੋ ਗਏ। ਕਈ ਹਜ਼ਾਰ ਸਿੰਘ ਇਹਨਾਂ ਨੇ ਮਾਰਿਆ ਉਸ ਦਿਨ 5 ਫਰਵਰੀ 1762 ਨੂੰ ਮਲੇਰਕੋਟਲੇ ਵਾਲੇ, ਕਈ ਹਜ਼ਾਰ ਸਿੰਘ ਸ਼ਹੀਦ ਹੋਏ ਉਹਦੇ। 30,000 ਉਦੋਂ ਇੱਕ ਦਿਨ ਵਿੱਚ ਸਿੰਘਾਂ ਦੀ ਮੌਤ ਹੋਈ ਆ, 10,000 ਨੌਜਵਾਨ ਅਤੇ 20,000 ਬੀਬੀਆਂ, ਬੱਚੇ ਅਤੇ ਬੁੱਢੇ ਮਰੇ ਹਨ ਵੱਡੇ ਘੱਲੂ ਘਾਰੇ 'ਚ। ਬਹੁਤਾ ਨੁਕਸਾਨ ਮਲੇਰਕੋਟਲੇ ਵਾਲੇ ਜੈਨ ਖਾਂ ਨੇ ਕੀਤਾ। ਸੋ ਖਾਲਸਾ ਜੀ, ਇਹ ਜਿਹੜੇ ਹੁਣ ਮਲੇਰਕੋਟਲੇ ਵਾਲੇ
ਸ਼ੇਰ ਮੁਹੰਮਦ ਵੀ ਸਿੰਘਾਂ ਹੱਥੋਂ ਜ਼ਖਮੀ ਹੋ ਕੇ ਦੌੜਿਆ ਹੈ। ਝੂਲਣਾ ਛੰਦ ਬਚਿਓ ਏਕ ਮੁਹੰਮਦ ਸ਼ੇਰ ਓਹੀ ਜਿਸ ਹਾਹ ਦਾ ਨਾਰਾ ਮਾਰਿਆ ਸਾ। ਆਹਾ, ਝੂਲਣੇ ਛੰਦ ਵਿਚ ਰਤਨ ਸਿੰਘ ਜੀ ਲਿਖਦੇ ਆ, ਬਾਕੀ ਮਾਰੇ ਗਏ ਭਰਾ ਉਹਦੇ, ਬਚਿਆ ਸਿਰਫ ਸ਼ੇਰ ਮੁਹੰਮਦ ਜਿਹਨੇ ਹਾਹ ਦਾ ਨਾਰਾ ਮਾਰਿਆ ਸਾ, ਜਿਹਨੇ ਉਦੋਂ ਕਿਹਾ ਸੀ, ਭਾਵੇਂ ਉਹ ਕਿਸੇ ਕਾਰਨ ਕਿਹਾ, ਆਪਣੇ ਲਾਲਚ ਨੂੰ ਕਿਹਾ, ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਫਿਰ ਵੀ ਬਖਸ਼ਿਸ਼ਾਂ ਕੀਤੀਆਂ, ਉਹਦੇ ਉਹਦਾ ਉਹਦੀ ਜਾਨ ਬਚ ਗਈ ਹੈ ਅੱਜ। ਹਾਂਜੀ, ਵੇਲੇ ਸਾਹਿਬ ਜਾਦਿਆਂ ਦੇ ਕਤਲ ਕੇ ਛੇਰ ਖੋਏਰੋ ਮੁਖੋ ਉਚਾਰਿਆ ਸਾ। ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਲੱਗਾ ਸੀ ਸੂਬਾ, ਤੇ ਉਦੋਂ ਆਖਿਆ ਸੀ ਇਹ ਸ਼ੀਰ ਖੋਰ ਦੁੱਧ ਪੀਣੇ ਬਾਲਕ ਨੇ, ਇਹਨਾਂ ਨੂੰ ਨਾ ਮਾਰੋ। ਗੁਰਾਂ ਸੁਣ ਕੇ ਮੁਖੋ ਸੀ ਵਾਕ ਕੀਤਾ, ਰਹੀ ਜੜ ਜਾਂ ਉਸ ਨੂੰ ਤਾਰਿਆ ਸਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੋਲੇ ਨੂਰੇ ਮਾਹੀ ਨੇ ਖਬਰ ਪਹੁੰਚਾਈ ਸੀ, ਮਹਾਰਾਜ ਸਿਰਫ ਇੱਕ ਸ਼ੇਰ ਮੁਹੰਮਦ ਨੇ ਇੰਨੀ ਗੱਲ ਕਹੀ ਹੈ ਵੀ ਬੱਚੇ ਦੁੱਧ ਪੀਣੇ ਨਾ ਮਾਰੇ ਜਾਣ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਉਸ ਵੇਲੇ ਨਾ ਕਾਈ ਦਾ ਬੂਟਾ ਉਹਨੂੰ ਜੜੋਂ ਕਰੇਲ ਰਹੇ ਸਨ ਤੀਰ ਦੇ ਨਾਲ। ਸਿੰਘ ਬੈਠੇ ਸੀ, ਰਾਏ ਇਕੱਲਾ ਬੈਠਾ ਸੀ, ਤੇ ਮਹਾਰਾਜ ਦਸਵੇਂ ਪਾਤਸ਼ਾਹ ਜਦੋਂ ਸਾਰੀ ਗੱਲ ਸੁਣ ਲਈ ਤੇ ਬਚਨ ਕੀਤਾ, ਸਕਲ ਮਲੇਸ਼ਨ ਕੀ ਜੜ ਗਈ, ਇੱਕ ਮਲੇਰੀਅਨ ਕੀ ਬਚ ਰਹੀ, ਕਹਿ ਕੇ ਜੜ ਪੁੱਟ ਦਿੱਤੀ ਕਾਈ ਦੀ। ਅਤੇ ਉਸ ਵੇਲੇ ਰਾਏ ਇਕੱਲੇ ਨੇ ਪੈਰ ਫੜ ਲਏ, ਕਹਿਣ ਲੱਗੇ ਜੀ ਸਾਰਿਆਂ ਦੀ ਜੜ ਗਈ। ਮਹਾਰਾਜ ਕਹਿੰਦੇ ਹਾਂ ਹੁਣ ਸਾਰਿਆਂ ਦੀ ਗਈ, ਇੱਕ ਮਲੇਰਕੋਟਲੇ ਵਾਲੇ ਰਹਿਣਗੇ। ਕਹਿਣ ਲੱਗਾ ਮੈਂ ਵੀ ਤਾਂ ਤੁਹਾਡਾ ਸੇਵਕ ਹਾਂ, ਮੁਸਲਮਾਨ ਹਾਂ, ਫਿਰ ਕੀ ਹੋਇਆ? ਮਹਾਰਾਜ ਕਹਿੰਦੇ ਭਾਈ ਤੂੰ ਪਹਿਲਾਂ ਕਹਿ ਦਿੰਦਾ, ਹੁਣ ਤਾਂ ਬਚਨ ਹੋ ਚੁੱਕਾ। ਕਹਿੰਦਾ ਮਹਾਰਾਜ ਤੁਸੀਂ ਸਮਰੱਥੋ, ਮੇਰੇ 'ਤੇ ਕਿਰਪਾ ਕਰੋ, ਮੈਨੂੰ ਬਖਸ਼ੋ। ਸਤਿਗੁਰੂ ਪਾਤਸ਼ਾਹ ਨੇ ਆਪਣੇ ਸਿਰਾਣੇ ਵਾਲੇ ਪਾਸੇ, ਕਿਉਂ ਉੱਚ ਦੇ ਪੀਰ ਬਣੇ ਹੋਏ ਸਨ, ਸ਼ਸਤਰ ਸਾਰੇ ਸਿਰਾਣੇ ਥੱਲੇ ਗੁਪਤ ਕੀਤੇ ਹੋਏ ਸਨ, ਆਪ ਪੀਰਾਂ ਵਾਲਾ ਭੇਸ ਬਣਾਇਆ ਸੀ। ਸਿਰਾਣੇ ਤੋਂ ਤਲਵਾਰ ਜਨੇਵਾ ਦੀ ਬਣੀ ਹੋਈ, ਇਟਲੀ ਦੀ ਬੜੀ ਕੀਮਤੀ ਤਲਵਾਰ, ਉੱਤੇ ਲਿਖਿਆ ਹੋਇਆ ਜਨੇਵਾ। ਸਤਿਗੁਰਾਂ ਨੇ ਚੁੱਕੀ ਅਤੇ ਰਾਏ ਕੱਲੇ ਨੂੰ ਦੇ ਕੇ ਕਹਿਣ ਲੱਗੇ ਜਿੰਨਾ ਚਿਰ ਤੇਰੇ ਪਰਿਵਾਰ 'ਚ ਇਹਦਾ ਸਤਿਕਾਰ ਰਹੇਗਾ ਤੇਰਾ ਰਾਜ ਰਹੇਗਾ। ਤਿੰਨ ਪੀੜ੍ਹੀਆਂ ਉਹਨਾਂ ਨੇ ਸਤਿਕਾਰ ਕੀਤਾ ਬਹੁਤ ਅਦਬ ਨਾਲ, ਕਹਿੰਦੇ ਚੰਦੋਆ ਲਾ ਕੇ ਤਖ਼ਤ ਪੋਸ਼ 'ਤੇ ਪ੍ਰਕਾਸ਼ ਕੀਤਾ ਸ਼ਸਤਰ ਦਾ। ਰਜਾਈ ਦਿੰਦੇ ਸੀ ਸਿਆਲ ਵਿੱਚ, ਗਰਮੀ 'ਚ ਪੱਖਾ ਝੱਲਦੇ ਸੀ, ਇੰਨੀ ਭਾਵਨਾ ਵੀ ਗੁਰੂ ਸਾਹਿਬ ਦਾ ਹੀ ਰੂਪ ਸਮਝ ਕੇ ਸ਼ਸਤਰ ਦੀ ਪੂਜਾ ਤਲਵਾਰ ਦੀ ਕੀਤੀ। ਰਾਏ ਇਕੱਲੇ ਦੇ ਪੋਤਰੇ ਨੂੰ ਜੋ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ 'ਤੇ ਹੋਇਆ, ਕਾਜ਼ੀਆਂ ਮਲਾਣਿਆਂ ਨੇ ਚੁੱਕ ਦਿੱਤਾ, ਇਹ ਤੁਸੀਂ ਤਲਵਾਰ ਨੂੰ ਕਾਫਰਾਂ ਦੀ ਤਲਵਾਰ ਨੂੰ ਪੂਜੀ ਜਾਂਦੇ ਹੋ, ਇੰਨੀ ਵਧੀਆ ਗਾਤਰੇ ਪਾ ਲਾ। ਉਹ ਮੁੰਡਾ ਤਲਵਾਰ ਗਾਤਰੇ ਪਾ ਕੇ ਘੋੜੇ ਚੜ੍ਹਨ ਲੱਗਾ, ਉਹਦੀ ਮਾਂ ਨੇ ਆਖਿਆ ਪੁੱਤ ਤੇਰੇ ਦਾਦੇ ਨੂੰ ਦਸਵੇਂ ਪਾਤਸ਼ਾਹ ਨੇ ਤਲਵਾਰ ਦਿੱਤੀ ਸੀ, ਇਹਦੇ ਕਰਕੇ ਸਾਡਾ ਰਾਜ ਬਚਿਆ ਹੋਇਆ, ਜਿਸ ਦਿਨ ਇਹਦੀ ਬੇਅਦਬੀ ਕਰਾਂਗੇ ਮਾਰੇ ਜਾਵਾਂਗੇ। ਕਹਿਣ ਲੱਗਾ ਮਾਂ ਇਹੋ ਜਿਹੀ ਗੱਲਾਂ ਵਹਿਮ ਹੁੰਦੀਆਂ। ਘੋੜੇ 'ਤੇ ਚੜ੍ਹ ਕੇ ਦੌੜਿਆ ਸ਼ਿਕਾਰ ਦੇ ਮਗਰ, ਹਿਰਨ ਨਿਕਲਿਆ, ਤਲਵਾਰ ਉਹੀ ਦਸਵੇਂ ਪਾਤਸ਼ਾਹ ਦੇ ਕਮਰ ਕਸੇ ਵਾਲੀ ਹਿਰਨ ਨੂੰ ਮਾਰੀ, ਉਹ ਪਰਾਂ ਹੋ ਗਿਆ, ਲੱਤ 'ਤੇ ਵੱਜ ਗਈ, ਪੱਟ ਵੱਢਿਆ ਗਿਆ, ਉਸੇ ਪਾਸੇ ਉੱਪਰ ਢਲਕ ਗਿਆ ਅਤੇ ਉਹ ਵੱਖੀ 'ਚ ਵੱਜ ਗਈ ਅਤੇ ਖਤਮ ਹੋ ਗਿਆ ਕਿ ਬੱਚਾ ਕੋਈ ਹੈ ਨਹੀਂ ਸੀ। ਅੰਗਰੇਜ਼ਾਂ ਨੇ ਰਾਜ ਮੰਨ ਲਿਆ, ਰਾਏ ਇਕੱਲੇ ਦਾ ਰਾਜ ਖਤਮ ਹੋਇਆ। ਬਚਨ ਸੀ ਕਿ ਇੱਕ ਮਲੇਰਕੋਟਲੇ ਵਾਲੇ ਬਚਣਗੇ, ਬਾਕੀ ਸਭ ਖਤਮ ਹੋ ਜਾਣਗੇ। ਤਲਵਾਰ ਦੇ ਕੇ ਕਿਹਾ ਸੀ ਜਿੰਨਾ ਚਿਰ ਇਹਦੀ ਸੇਵਾ ਕਰੋਗੇ ਰਾਏ ਇਕੱਲਾ ਤੁਹਾਡਾ ਰਹੇਗਾ, ਨਹੀਂ ਉਸ ਤੋਂ ਬਾਅਦ ਤੁਹਾਡਾ ਵੀ ਖਤਮ ਹੋ ਜਾਏਗਾ। ਸੋ ਖਾਲਸਾ ਜੀ, ਬਚਨ ਅਟਲ ਸ੍ਰੀ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਹੋ ਰਹੇ। ਜਦੋਂ ਰਾਏ ਮਲੇਰਕੋਟਲੇ ਵਾਲੇ ਨੇ ਹਾਹ ਦਾ ਨਾਰਾ ਮਾਰਿਆ ਸੀ, ਤਾਂ ਕਲਗੀਧਰ ਪਾਤਸ਼ਾਹ ਨੇ ਮੁੱਖ ਤੋਂ ਕਿਹਾ ਸੀ ਸੋਈ ਅੱਜ ਤਾਈ ਗੁਰੂ ਵਾਕ ਫੁਰਦਾ, ਜੋ ਆਖ ਕੇ ਫੇਰ ਨਹਿ ਹਾਰਿਆ ਸਾ। ਅੱਜ ਤੱਕ ਉਹ ਵਾਕ ਫੁਰਦਾ ਹੀ ਹੈ, ਮਲੇਰਕੋਟਲੇ ਵਾਲਿਆਂ ਦੀ ਜੜ ਸੁੱਕਣ ਨਹੀਂ ਦਿੱਤੀ, ਭਾਵੇਂ ਨਵਾਬ ਸ਼ੇਰ ਮੁਹੰਮਦ ਸਿੰਘਾਂ ਨਾਲ ਲੜ ਰਿਹਾ, ਜ਼ਖਮੀ ਹੋ ਗਿਆ, ਮਾਰਿਆ ਨਹੀਂ, ਗੁਰੂ ਸਾਹਿਬ ਨੇ ਮਰਨ ਨਹੀਂ ਦਿੱਤਾ, ਉਹਦੇ ਭਰਾ ਮਾਰੇ ਗਏ ਹੈ, ਉਹ ਫਿਰ ਵੀ ਬਚ ਗਿਆ ਹੈ। ਦੋਹਰਾ ਤਿਨਕੀ ਲੋਥ ਸੋ ਲੈ ਮੁੜੇ ਨੱਠੇ ਮਲੇਰੇ ਵੱਲ। ਆਪਣੇ ਤਿੰਨਾਂ ਭਰਾਵਾਂ ਦੀ ਲਾਸ਼ਾਂ ਚੁੱਕ ਕੇ ਰੋਪੜ ਤੋਂ ਮਲੇਰਕੋਟਲੇ ਦਾ ਨਵਾਬ ਸ਼ੇਰ ਮੁਹੰਮਦ ਜ਼ਖਮੀ ਹੋਇਆ, ਮਲੇਰਕੋਟਲੇ ਜਾ ਪਹੁੰਚਿਆ ਤੇ ਭਰਾਵਾਂ ਦੀਆਂ ਲਾਸ਼ਾਂ ਦੀਆਂ ਕਬਰਾਂ ਦਫਨਾਈਆਂ। ਤਿੰਨੋ ਗੋਰਨ ਮਹਿ ਗੱਡੇ ਮਨ ਭਇਓ ਬਜੀਰਾ ਤਰਥਲ। ਮਲੇਰਕੋਟਲੇ ਜਾ ਕੇ ਉਹਨਾਂ ਨੂੰ ਦਫਨਾਇਆ। ਜਦੋਂ ਇਸ ਹਾਰ ਦੀ ਖਬਰ ਵਜ਼ੀਰ ਖਾਨ ਨੂੰ ਨਾਲ ਦੀ ਨਾਲ ਮਿਲਦੀ ਸੀ, ਉਹਦਾ ਮਨ ਦਹਿਲ ਗਿਆ, ਤਰਥੱਲਾ ਮੱਚ ਗਿਆ ਉਹਦੇ ਹਿਰਦੇ ਵਿੱਚ, ਹੁਣ ਕੀ ਬਣੇਗਾ? ਐਡੇ ਐਡੇ ਜਵਾਨ ਖਵਾਜ਼ਾ ਮਹਿਮੂਦ ਅਲੀ ਵਰਗੇ ਮਾਰੇ ਗਏ, ਸ਼ੇਰ ਮੁਹੰਮਦ ਜ਼ਖਮੀ ਹੋ ਕੇ ਆ ਗਿਆ, ਸਾਰੀ ਫੌਜ ਤਬਾਹ ਕਰਤੀ ਸਿੱਖਾਂ ਨੇ, ਪਤਾ ਨਹੀਂ ਕਿਹੜੀ ਮਿੱਟੀ ਦੇ ਬਣੇ ਨੇ,
ਇਹ ਮੇਰਾ ਲਿਹਾਜ ਨਹੀਂ ਕਰਨਗੇ। ਚਾਉ ਪਈ ਵਜ਼ੀਰੇ ਮਨ ਅਤ ਚਿੰਤਾ ਧਾਰੀ। ਵਜ਼ੀਰ ਖਾਨ ਦੇ ਮਨ ਚ ਵੱਡੀ ਭਾਰੀ ਚਿੰਤਾ ਹੋ ਗਈ ਉਸ ਵੇਲੇ ਜਦੋਂ ਸਿੰਘਾਂ ਨੇ ਰੋਪੜ ਵਾਲਾ ਮੋਰਚਾ ਫਤਿਹ ਕਰ ਲਿਆ। ਨਜ਼ੀਕ ਆਈ ਹਮ ਮਰਨੇ ਵਾਰੀ। ਵਜ਼ੀਰ ਖਾਨ ਸੋਚਦਾ ਹੁਣ ਮੇਰੀ ਮੌਤ ਨੇੜੇ ਆ ਗਈ ਹੈ। ਸਿੰਘਨ ਕੇ ਦਿਲ ਭਈ ਵਧਾਈ। ਇਧਰੋਂ ਖਾਲਸੇ ਦਾ ਹੌਸਲਾ ਬੁਲੰਦ ਹੋ ਗਿਆ। ਸਿੰਘ ਜਿਹੜੇ ਮਾਝੇ ਦੇ ਸਨ ਅਕਾਲ ਅਕਾਲ ਕਰਦੇ ਚੜ ਪਏ। ਪਹਿਲੇ ਫਤਿਹ ਖਾਲਸੇ ਆਈ। ਕਹਿੰਦੇ ਪਹਿਲੀ ਫਤਿਹ ਖਾਲਸੇ ਨੂੰ ਮਿਲ ਗਈ ਆ, ਅਗਲੀ ਵੀ ਹੋ ਜਾਏਗੀ। ਡੇਰਾ ਸਿੰਘਣ ਉਹਾਂ ਲਗਾਇਓ। ਉਥੋਂ ਸਿੰਘਾਂ ਨੇ ਡੇਰਾ ਲਾਇਆ। ਤਬ ਸਿੰਘਣ ਨੇ ਭੋਜਨ ਪਾਇਓ। ਸਿੰਘਾਂ ਨੇ ਬੜੇ ਆਰਾਮ ਨਾਲ ਲੰਗਰ ਸਜਾ ਕੇ ਛਕਿਆ। ਭੋਜਨ ਪਾਏ ਕੀਓ ਫਿਰ ਕੂਚ। ਔਰ ਲੰਗਰ ਛਕ ਕੇ ਫਿਰ ਸਿੰਘਾਂ ਨੇ ਚਾਲੇ ਪਾ ਦਿੱਤੇ। ਬੰਦਾ ਮਿਲਿਓ ਅੱਗੇ ਪਹੁੰਚ। ਅੱਗੇ ਬੰਦੇ ਬਹਾਦਰ ਨੂੰ ਚੱਪੜ ਚਿੜੀ ਦੇ ਮੈਦਾਨ ਵਿਚ ਜਦੋਂ ਸਿੰਘਾਂ ਦੇ ਦੋਵਾਂ ਦਲਾਂ ਦਾ ਮੇਲ ਹੋਇਆ, ਖੁਦ ਬਾਬਾ ਬੰਦਾ ਸਿੰਘ ਬਹਾਦਰ ਉੱਠ ਕੇ ਸਿੰਘਾਂ ਨੂੰ ਮਿਲਣ ਲਈ ਅੱਗੇ ਗਿਆ। ਦੋਹਰਾ ਬੰਦਾ ਪ੍ਰਥਮ ਥੋ ਕਹਿਓ ਸਿੰਘਣ ਊਚ ਸੁਣਾਏ। ਕਹਿੰਦੇ ਬਾਬੇ ਬੰਦੇ ਬਹਾਦਰ ਨੇ ਆਪਣੇ ਨਾਲ ਦੇ ਮਲਵਈ ਸਿੰਘਾਂ ਨੂੰ ਪਹਿਲਾਂ ਹੀ ਕਹਿ ਦਿੱਤਾ ਸੀ, ਫਤਿਹ ਮਝੈਲ ਸੋ ਲੈਣਗੇ ਮਲੇਰੀਆਂ ਉੱਤੇ ਪਾਏ। ਉਹਨੇ ਕਹਿ ਦਿੱਤਾ ਸੀ ਸਿੰਘੋ ਘਬਰਾਓ ਨਾ, ਮਝੈਲ ਜਿਹੜੇ ਆ ਹੀ ਜਾਣਗੇ ਆਪਣੇ ਕੋਲ, ਕਿਉਂਕਿ ਮਾਲਵੇ ਦੇ ਸਿੰਘ ਤਾਂ ਬਾਬਾ ਜੀ ਦੇ ਨਾਲ ਪਹਿਲਾਂ ਮੌਜੂਦ ਸਨ, ਦੁਆਬੇ ਵਾਲੇ ਤੇ ਮਾਝੇ ਵਾਲੇ ਅਜੇ ਆਏ ਨਹੀਂ ਸਨ, ਤੇ ਬਾਬਾ ਜੀ ਨੇ ਕਹਿਤਾ ਸੀ ਵੀ ਸਿੰਘਾਂ ਦੀ ਫਤਿਹ ਹੋਵੇਗੀ ਤੇ ਸਿੰਘ ਆ ਰਹੇ ਆ ਸਮਝੋ। ਉਹੀ ਗੱਲ ਹੋਈ, ਘੜੀ ਕੁ ਪਿੱਛੋਂ ਖਾਲਸੇ ਦੇ ਘੋੜਿਆਂ ਦੀ ਟਾਪਾਂ ਸੁਣਾਈ ਦਿੱਤੀਆਂ। ਚਾਉ ਪਈ ਬੰਦਾ ਆਦਰ ਬਹੁ ਮਝੈਲਣ ਕੀਆ। ਬਾਬੇ ਬੰਦੇ ਬਹਾਦਰ ਨੇ ਮਾਝੇ ਦੇ ਸਿੰਘਾਂ ਦਾ ਬੜਾ ਸਤਿਕਾਰ ਕੀਤਾ, ਆਦਰ ਕੀਤਾ। ਬਹੁਤ ਖਰਚ ਸਿੰਘਣ ਕੋ ਦੀਆ। ਆਪਣੇ ਖਜ਼ਾਨੇ ਵਿੱਚੋਂ ਜੋ ਸਮਾਣਾ ਲੁੱਟਿਆ ਸੀ, ਸਡੌਰਾ ਲੁੱਟਿਆ ਸੀ, ਬਾਬੇ ਬੰਦੇ ਕੋਲ ਖਜ਼ਾਨਾ ਬਹੁਤ ਹੋ ਚੁੱਕਾ ਸੀ, ਉਹ ਖਜ਼ਾਨੇ ਵਿੱਚੋਂ ਬਹੁਤਾ ਗੱਫਾ ਮਾਝੇ ਦੇ ਸਿੰਘਾਂ ਨੂੰ ਹਿੱਸਾ ਦਿੱਤਾ। ਸਿੰਘਣ ਫਤਿਹ ਸੋ ਗੁਰੂ ਬੁਲਾਈ। ਬਾਬਾ ਬੰਦਾ ਸਿੰਘ ਨੂੰ ਆ ਕੇ ਸਾਰੇ ਮਾਝੇ ਦੇ ਸਿੰਘਾਂ ਨੇ ਫਤਿਹ ਅਰਜ ਕੀਤੀ। ਹੋਏ ਰਾਜੇ ਮਿਲ ਭਾਈਆਂ ਭਾਈ। ਭਰਾਵਾਂ ਨੂੰ ਭਰਾ ਮਿਲੇ। ਮਾਝੇ ਦੇ ਮਾਲਵੇ ਦੇ ਸਿੰਘ ਜੱਫੀਆਂ ਪਾ ਕੇ, ਅੱਜ ਤੇ ਅਸੀਂ ਮਾਝੇ ਮਾਲਵੇ ਦੇ ਲੜੀ ਜਾਂਦੇ ਹਾਂ, ਪੁਰਾਣੇ ਸਿੰਘ ਸਾਰੇ ਇੱਕੋ ਹੀ ਰੂਪ ਹੁੰਦੇ ਸੀਗੇ, ਗੁਰੂ ਕਾ ਪੰਥ ਇੱਕੋ ਹੀ ਹੈ। ਇਹ ਜਿਹੜੇ ਝਗੜੇ ਸਾਡੇ ਮਨ ਦੇ ਬਣਾਏ ਹੋਏ ਹੈ, ਇਹ ਮਾਝੇ ਦਾ ਜੀ, ਇਹ ਮਾਲਵੇ ਦਾ, ਇਹ ਫਲਾਣੀ ਬਰਾਦਰੀ ਦਾ, ਇਹ ਫਲਾਣੀ ਨਸਲ ਦਾ। ਭਾਈਆਂ ਨੂੰ ਭਰਾ ਜੱਫੀਆਂ ਪਾ ਕੇ ਮਿਲੇ। ਮਾਝੇ ਦੇ ਮਾਲਵੇ ਦੇ ਸਿੰਘ ਇਕੱਠੇ ਹੋ ਗਏ। ਬੰਦਾ ਕੇ ਦਿਲ ਭਇਓ ਉਛਾਹੇ। ਬਾਬੇ ਬੰਦੇ ਬਹਾਦਰ ਨੂੰ ਬੜੀ ਖੁਸ਼ੀ ਹੋ ਗਈ, ਉਹਦਾ ਦਿਲ ਦੁੱਗਣਾ ਹੋ ਗਿਆ ਵੀ ਹੁਣ ਨਹੀਂ ਅਸੀਂ ਹਾਰਦੇ, ਹੁਣ ਅਸੀਂ ਸਰਹੰਦ ਪਹੁੰਚੇ ਹੀ ਸਮਝੋ। ਕਹਿਓ ਬੰਦੇ ਕਰੋ ਸਤਿਗੁਰ ਕੜਾਹੋ। ਕਹਿੰਦੇ ਇਸ ਬੰਦੇ ਨੇ ਆਖਿਆ, ਖਾਲਸਾ ਜੀ ਪਹਿਲਾਂ ਗੁਰੂ ਦੀ ਦੇਗ ਤਿਆਰ ਕਰੋ। ਜਾਓ ਤੁਮ ਓ ਗੁਰ ਹਮ ਫੁਰਮਾਇਆ। ਸਾਡੇ ਗੁਰੂ ਨੇ ਜੋ ਸਾਨੂੰ ਮਰਿਆਦਾ ਦੱਸੀ ਆ ਵੀ ਕੋਈ ਕੰਮ ਕਰਨਾ ਹੋਵੇ ਪਹਿਲਾਂ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ ਅਰਦਾਸਾ ਸੋਧੀ ਦਾ ਹੈ। ਕਰੋ ਸੋਈ ਅਬ ਵਕਤ ਹੈ ਆਇਆ। ਸਿੰਘੋ ਸਾਰੇ ਰਲ ਕੇ ਦੇਗ ਸਜਾਓ ਤੇ ਆ ਵਕਤ ਆ ਗਿਆ, ਹੁਣ ਨਗਾਰਿਆਂ ਚੋਭਾਂ ਲਾ ਦਿਓ ਤੇ ਸਰਹੰਦ ਦੀ ਇੱਟ ਖੜਕਾ ਦਿਓ। ਅਬ ਤਾਉ ਲਈਐ ਵਜ਼ੀਰੈ ਮਾਰ। ਹੁਣ ਉਸ ਪਾਪੀ ਵਜ਼ੀਰੇ ਦਾ ਅਸੀਂ ਖਾਤਮਾ ਕਰ ਦਈਏ, ਉਹਨੂੰ ਮਾਰ ਦਈਏ। ਫੇਰ ਕਰਾਂਗੇ ਪਰਬਤ ਕਾਰ। ਪਹਿਲਾਂ ਅਸੀਂ ਵਜ਼ੀਰ ਖਾਨ ਨੂੰ ਫਤਿਹ ਕਰਨਾ, ਸਰਹੰਦ ਤੇ ਨਿਸ਼ਾਨ ਚਲਾ ਕੇ ਫੇਰ ਪਹਾੜੀਆਂ ਦੀ ਖਬਰ ਲੈਣੀ ਹੈ ਵਜ਼ੀਰ ਭੀਮ ਚੰਦ ਦੀ। ਸਿੰਘਣ ਲੀਨੀ ਮਨ ਸਲਾਹੇ। ਸਿੰਘਾਂ ਨੇ ਸਲਾਹ ਮੰਨੀ ਬਾਬੇ ਬੰਦੇ ਬਹਾਦਰ ਦੀ। ਮਝੈਲਣ ਕੀ ਉਹ ਡੇਰਾ ਇੱਕ ਦਾਏ। ਇੱਕ ਪਾਸੇ ਮਾਲਵੇ ਦੇ ਸਿੰਘ ਪਹਿਲਾਂ ਹੀ ਛਾਉਣੀ ਪਾਈ ਬੈਠੇ ਸਨ, ਉਸ ਤੋਂ ਥੋੜੀ ਜਿਹੀ ਵਿੱਥ ਤੇ ਮਾਝੇ ਦੇ ਸਿੰਘਾਂ ਨੇ ਆਪਣੀ ਛਾਉਣੀ ਪਾ ਲਈ। ਤਬ ਭਇਓ ਪਰਾਤ ਸੋ ਬੰਦਾ ਚੜਾ। ਸਿੰਘ ਸਾਰੇ ਰਾਤ ਬੜੇ ਆਰਾਮ ਨਾਲ ਲੰਗਰ ਪਾਣੀ ਛੱਕ ਕੇ ਬਿਰਾਜੇ, ਅਗਲਾ ਦਿਨ ਚੜਿਆ। ਮਾਰ ਛੱਤ ਫਿਰ ਡੇਰਾ ਕਰਾ। ਤੇ ਬੰਦੇ ਬਹਾਦਰ ਨੇ ਛੱਤ ਬਨੂੜ ਦਾ ਇਲਾਕਾ ਫਤਿਹ ਕਰਕੇ ਉਥੋਂ ਵੀ ਸਾਰੇ ਤੁਰਕਾਂ ਨੂੰ ਸੋਧ ਕੇ ਡੇਰਾ ਫਿਰ ਉੱਥੇ ਜਾ ਪਾਇਆ। ਲੁੱਟਿਓ ਸ਼ਹਿਰ ਤਾਂ ਭੁੱਖ ਮਿਟਾਈ। ਬੜਾ ਵੱਡਾ ਸੀਗਾ ਇਹ ਬਨੂੜ ਤੇ ਛੱਤ ਦਾ ਇਲਾਕਾ ਲੁੱਟਿਆ, ਇਥੋਂ ਬਹੁਤ ਕਈ ਲੱਖ ਰੁਪਈਆ ਨਗਦ ਤੇ ਬੇਅੰਤ ਘੋੜੇ ਤੇ ਸ਼ਸਤਰ ਬਾਬਾ ਬੰਦਾ ਸਿੰਘ ਜੀ ਨੂੰ ਮਿਲੇ। ਤੁਰਕ ਕੱਟੇ ਲਏ ਹਿੰਦੂ ਬਚਾਈ। ਜਿਹੜਾ ਸ਼ਰਨ ਪੈਂਦਾ ਸੀ ਉਹਨੂੰ ਬਚਾ ਲੈਂਦੇ ਸੀ, ਜਿਹੜਾ ਅੜਦਾ ਸੀ ਤੁਰਕ ਝਟਕ ਦਿੰਦੇ ਸੀ, ਜਿਹੜੇ ਹਿੰਦੂ ਸੀਗੇ ਉਹਨਾਂ ਨੂੰ ਇੱਕ ਪਾਸੇ ਕਰਕੇ ਤੁਰਕਾਂ ਨੂੰ ਫਿਰ ਸੋਧਾ ਲਾਇਆ। ਦੋਹਰਾ ਬੰਦਾ ਡੇਰਾ ਕੂਚ ਕਰ ਅੱਗੇ ਦੀਨੋ ਪਾਏ। ਜਿਹੜਾ ਕੋਈ ਮੁਸਲਮਾਨ ਵੀ ਆ ਕੇ ਹੱਥ ਜੋੜਦਾ ਸੀ ਉਹਨੂੰ ਕੁਝ ਨਹੀਂ ਸੀ ਕਹਿੰਦੇ, ਜਿਹੜਾ ਅੜਦੇ ਸੋ ਚੜੇ, ਸ਼ਰਨ ਪਰੇ ਸੋ ਤਰੇ, ਇਹ ਮਰਿਆਦਾ ਸੀ ਖਾਲਸੇ ਦੀ।
फिर बाबे जी ने जाके चप्पड़ चिड़ी दे मैदान डेरा कीता। उची रोड़ी देख के बैठो आसन लाई, उची जी थां वेख के आसन ला के बह गया बंदा। क्याओ पई बंदे का डेरा सुन आया, हुण वजीर खां नूं पता लगा भी बंदे दी फौज इकट्ठी हो गई है। साहो वजीरा लड़ना ताया, हुण की कीता जा सकसा। बुढ़ा जरनैल वजीर खान अपनी जिंदगी दे अखीरली जंग करन वास्ते निकलिया बाहर। तोप जंबूरे मुहरे धरे, बड़िया बड़िया वड्डिया तोपां ते जंबूरे ते रैकले ते हाथी ते ऊंठां दी बड़ी भारी कतार लैके तुरिया। तिसके साथ प्यादे करे, पर ओहदे नाल तोपां दे प्यादर पैदल फौज भी बहुत ज्यादा सीगी। एक वल किए शुतर हथ नार, एक पासे ऊंठां दी फौज सी जिन्हां विच उपर लम्मियां कोई दस दस फुट लम्मियां होंदियां ने छड़ां, उहनू सुतरी नाल कहिंदे। उत्ते ऊंठ दी काठी दे नाल ओह बन्नियां होंदियां ने ते ओहदी जिहड़ी नाली होंदी है 7 फुट तो लैके 10 फुट तक लम्मी होंदी है। उहनूं 2 सपोर्टां ला के एडी मोटी नाल होंदी है, एडा वड्डा गोला पैंदा उहदे विच। ओह जिहड़ियां सुतरी सुतर कहिंदे ऊंठ नूं, सुतरी नालां दा मतलब ऊंठां वालियां बंदूकां, ਉਹ ਇੱਕ ਪਾਸੇ ਸੈਂਕੜੇ ਦੀ ਤਾਦਾਦ ਵਿੱਚ ਕਰ ਦਿੱਤੀਆਂ। ਇਸ ਵਿਦ ਕਰੀ ਲੜਨ ਕੀ ਕਾਰ, ਇੱਕ ਪਾਸੇ ਜੰਜੈਲਾਂ ਇੱਕ ਪਾਸੇ ਵੱਡੇ ਤੋਪਖਾਨੇ ਤੇ ਬੜੀ ਭਾਰੀ ਫੌਜ ਤੇ ਨਗਾਰੇ ਵਜਾਉਂਦਾ ਭੀਮ ਰਾਜਾ ਵਾਹਿਗੁਰੂ ਸੂਬਾ ਸਰਹੰਦ ਵਜ਼ੀਰ ਖਾਨ ਨਿਕਲਿਆ। ਢੁੱਕ ਬੰਦੇ ਢਿੱਗ ਛਲਕ ਚਲਾਈ, ਔਰ ਦੱਬੜ ਚਿੜੀ ਦੇ ਮੈਦਾਨ ਚ ਆ ਗਿਆ ਤੇ ਤੋਪਾਂ ਦੀ ਉਹਨੇ ਛਲਕ ਕਰ ਦਿੱਤੀ। ਜਨ ਗੋਲਣ ਬਰਖਾ ਬਰਖਾਈ, ਵੱਡੇ ਵੱਡੇ ਗੋਲਿਆਂ ਦਾ ਮੀਂਹ ਪੈਣ ਲੱਗਾ, ਅੱਗ ਵਰਨ ਲੱਗੀ। ਤੋਪ ਜੰਬੂਰੇ ਰਹਿਕਲ ਭਾਰੇ, ਬੜੇ ਬੜੇ ਰਹਿਕਲੇ ਜੰਬੂਰੇ ਉੱਥੇ ਜੰਗ ਸਾਧ ਸਿੰਘ ਜੀ 10 ਮਈ 1710 ਨੂੰ ਹੋਇਆ ਹੈ। ਬੜਾ ਘਮਸਾਨ ਦਾ ਜੰਗ ਗਰਮੀ ਦੇ ਮਹੀਨੇ ਹੋਇਆ ਹੈ। ਚਲਵਾਏ ਵਜ਼ੀਰਾ ਜੋ ਥੇ ਸਾਰੇ, ਵਜ਼ੀਰ ਖਾਨ ਨੇ ਕੋਈ ਕਸਰ ਨਹੀਂ ਛੱਡੀ, ਆਪਣਾ ਸਾਰਾ ਤੋਪਖਾਨਾ ਡਾਹ ਦਿੱਤਾ ਉੱਥੇ। ਗੋਲੇ ਚੱਲੇ ਜੰਜੀਰਾ ਜੋੜ, ਜੰਜੀਰਾਂ ਵਾਲੇ ਤੋਪੇ ਗੋਲੇ ਹੁੰਦੇ ਆ ਜੰਜੀਰਦਾਰ, ਉਸ ਸਮੇਂ ਦੀ ਸਮਝੋ ਆਟੋਮੈਟਿਕ ਉਸ ਵੇਲੇ ਦੀ ਚੀਜ਼ ਸੀਗੀ ਉਹ। ਏਦਾਂ ਲੜੀਦਾਰ ਗੋਲੇ ਆਈ ਜਾਂਦੇ ਚੱਲੀ ਜਾਂਦੇ ਆ, ਇੱਕ ਜਿਵੇਂ ਅੱਜ ਕੱਲ੍ਹ ਮੈਗਜ਼ੀਨ ਵਿੱਚ ਚੱਲਦੀਆਂ ਨੇ, ਉਹਨਾਂ ਕੋਲ ਵੀ ਸਿਸਟਮ ਬਣਾਏ ਹੋਏ ਸੀ। ਜੰਜੀਰਦਾਰ ਗੋਲੇ ਚਲਾਏ ਜਦੋਂ ਨੇ, ਲੱਗਾ ਬਿਰਸ਼ ਉਸ ਸੁੱਟਾ ਤੋੜ, ਐਡੇ ਐਡੇ ਭਿਅੰਕਰ ਗੋਲੇ ਸੀ ਜੇ ਐਡੇ ਐਡੇ ਦਰਖਤਾਂ ਨੂੰ ਲੱਗਦੇ, ਦਰਖਤਾਂ ਨੂੰ ਜੜੋਂ ਪੱਟ ਦਿੰਦੇ ਸੀ। ਜਿਹੜੇ ਦਰਖਤਾਂ ਨੂੰ ਪੱਟ ਦਿੰਦੇ ਹੁਣ ਗੋਲੇ, ਉਹ ਬੰਦਿਆਂ ਨੂੰ ਕੀ ਛੱਡਦੇ ਹੋਣਗੇ। ਜਿਹੜਾ ਕੋਈ ਸਿੰਘ ਸਾਹਮਣੇ ਆਇਆ ਸਣੇ ਘੋੜੇ ਉੱਡ ਜਾਂਦਾ ਸੀਗਾ। ਗੋਲੀ ਬਰਸਾ ਜੈਸੇ ਮੋਹੇ, ਏਦਾਂ ਗੋਲੀਆਂ ਵਰਦੀਆਂ ਸੀ ਜਿਵੇਂ ਮੀਂਹ ਪੈਂਦਾ ਹੋਵੇ, ਗੜੇ ਪੈਂਦੇ ਹੋਣ। ਖੜੇ ਬਹਿਣ ਕਿਮ ਪੈਣ ਨਾ ਦੇਹੇ, ਨਾ ਕਿਸੇ ਨੂੰ ਖਲੋਣ ਦਿੰਦੇ, ਨਾ ਬਹਿਣ ਦਿੰਦੇ, ਨਾ ਪੈਣ ਦਿੰਦੇ। ਇਹੋ ਜੀ ਗੋਲਿਆਂ ਦੀ ਉੱਥੇ ਜੰਜੀਰਦਾਰ ਗੋਲਿਆਂ ਦੀ ਵਰਖਾ ਹੋਈ ਹੈ। ਧੂਆਂ ਉੱਠ ਭਈ ਦਿਨ ਤੇ ਰਾਤ, ਇੰਨਾ ਧੂਆਂ ਉੱਠਿਆ ਧਰਤੀ ਤੋਂ ਕਿ ਦਿਨ ਤੋਂ ਰਾਤ ਬਣ ਗਈ। 10 ਮਈ ਦਾ ਦਿਨ ਸੀ, ਗਰਮੀ ਦੀ ਦਿਨ ਸੀ, ਗਰਮੀ ਦੇ ਦਿਨ ਵੱਡੇ ਹੁੰਦੇ ਆ, ਪਰ ਗਰਮੀ ਦੇ ਦਿਨ ਇੰਨੀ ਜ਼ਿਆਦਾ ਧੂਆਂ ਧਾਰ ਹੋਇਆ ਕਿ ਹਨੇਰਾ ਪੈ ਗਿਆ, ਰਾਤ ਵਰਗਾ ਹੋ ਗਿਆ। ਘੋੜੇ ਪੱਗ ਬਹੁ ਧੂੜ ਉਡਾਤ, ਘੋੜੇ ਜਦੋਂ ਦੌੜਦੇ ਸੀ ਉਹਨਾਂ ਦੇ ਸੁਮਾਂ ਨਾਲ ਧੂੜ ਉੱਡ ਕੇ ਆਕਾਸ਼ ਨੂੰ ਚੜ੍ਹਦੀ ਸੀ। ਜਨ ਕਰ ਭਈ ਹਨੇਰੀ ਰਾਤ, ਇਸ ਤਰ੍ਹਾਂ 10 ਮਈ ਦਾ ਦਿਨ ਹੋ ਗਿਆ ਜਿਵੇਂ ਰਾਤ ਹਨੇਰੀ ਹੋਵੇ। ਤੋੜੇ ਚਮਕ ਟਿਟਾਣੇ ਵਾਤ, ਔਰ ਉਸ ਹਨੇਰੇ ਦੇ ਵਿੱਚ ਸਿਰਫ ਤੋੜੇ ਹੀ ਧੁਖਦੇ ਸਨ, ਜਦੋਂ ਚਮਕਦੇ ਸਨ ਤੋੜਾ, ਜਦੋਂ ਬੰਦੂਕ ਨੂੰ ਲਾਂਦੇ ਪਨੀਤਾ ਧੁਖਦਾ ਨਾ, ਉਹ ਤੋੜਾ ਧੁਖਦਾ ਤੇ ਉਸ ਵੇਲੇ ਚਮਕ ਆਉਂਦੀ ਸੀ ਜਿਵੇਂ ਭਾਦਰੋਂ ਦੀ ਰਾਤ ਨੂੰ ਜੁਗਨੂੰ ਚਮਕਦੇ ਹੋਣ। ਧੂਆਂ ਧਾਰ ਉੱਠ ਹੋ ਗਈ ਘਟਾ, ਆ ਧੂਆਂ ਧਾਰ ਹੋ ਗਈ ਘਟਾ, ਛਾ ਗਈ ਕਾਲੀ ਸਮਝੋ ਧੂਏ ਦੀ। ਦਮਕਤ ਪਿਆਲੇ ਜਨ ਬਿਜ ਛਟਾ, ਔਰ ਉਸ ਵੇਲੇ ਬਿਜਲੀ ਲਿਸ਼ਕਦੀ, ਤੋਪਾਂ ਏਦਾਂ ਉਹਨਾਂ ਦੇ ਗੋਲੇ ਪੈਂਦੇ ਸੀ ਤੇ ਚਾਰੇ ਪਾਸੇ ਅੱਗ ਹੀ ਅੱਗ ਸੀਗੀ। ਚੇਲੇ ਪਾਸੋਂ ਨੱਠ ਨੱਠ ਜਾਹੇ, ਉਸ ਵੇਲੇ ਜਿਹੜੇ ਬੰਦੇ ਦੇ ਚੇਲੇ ਸੀਗੇ ਨਾ ਨਾਲ ਆਏ, ਉਹ ਨੱਠ ਨੱਠ ਜਾਂਦੇ ਮੈਦਾਨ ਵਿੱਚੋਂ। ਬੰਦੇ ਓਹਲੇ ਹੋਏ ਲੁਕਾਹੇ, ਉਹ ਬੰਦੇ ਨੂੰ ਓਹਲੇ ਹੁੰਦੇ ਆ, ਉਹਨਾਂ ਨੂੰ ਵਿਚਾਰਿਆਂ ਨੂੰ ਕੀ ਪਤਾ ਸੀ ਇੱਥੇ ਜੰਗ 'ਚ ਕੀ ਹੋਣਾ, ਉਹ ਪਿਛਾਂ ਹੋ ਕੇ ਖਲੋਂਦੇ ਹੁਣ। ਲੁਟੇਰੇ ਲੋਕ ਜੇ ਬੰਦੇ ਰੱਖੇ, ਬੰਦੇ ਦੇ ਨਾਲ ਕਈ ਹਜ਼ਾਰ ਲੁਟੇਰੇ ਆਏ ਸੀਗੇ ਜਿਹੜੇ ਬਾਂਗਲਾਦੇਸ਼ ਤੋਂ, ਮਾਲਵੇ ਤੋਂ, ਦਿੱਲੀ ਤੋਂ ਵੀ ਜਾ ਸਰਹੰਦ ਲੁੱਟਾਂਗੇ। ਉਹ ਲੁੱਟਣ ਵਾਲੇ ਜਿਹੜੇ ਲਾਲਚੀ ਲੁਟੇਰੇ ਸੀਗੇ, ਲੜਨ ਮਰਨ ਤਜ ਹੋਏ ਗਏ ਵੱਖੇ, ਉਹ ਲੜਾਈ ਛੱਡ ਕੇ ਇੱਕਦਮ ਭੱਜ ਗਏ।
ਸਭ ਤੋਂ ਪਹਿਲਾਂ ਲੁਟੇਰੇ ਦੌੜੇ ਮੈਦਾਨ ਵਿੱਚੋਂ ਕਹੇ ਫਕੀਰ ਕਹਾਂ ਹਮ ਗਾਰਾ ਉਹ ਕਹਿਣ ਲੱਗੇ ਇਹ ਫਕੀਰ ਦੇ ਆਖੇ ਆਪਣ ਲੱਗ ਕੇ ਆ ਗਿਆ ਸਾਧ ਦੇ ਇਹ ਸਾਨੂੰ ਮਰਵਾ ਦੇਗਾ ਇਹਨੇ ਕਿਹੜਾ ਜਿੱਤਣਾ ਉਹ ਵਜ਼ੀਰ ਖਾਨ ਹੈ ਸੂਬਾ ਸਰਹੰਦ ਜਿਹਨੇ ਵੱਡੇ ਵੱਡੇ ਜੰਗ ਫਤਿਹ ਕੀਤੇ ਹੋਏ ਨੇ ਜੋ ਜੰਗਾਂ ਦਾ ਮੈਦਾਨਾਂ ਦਾ ਸਿਪਾ ਸਲਾਰ ਜਰਨੈਲ ਹੈ ਉਹਦੇ ਨਾਲ ਲੜਾਣ ਲੈ ਸਾਨੂੰ ਅਸੀਂ ਤੇ ਮਾਰੇ ਜਾਵਾਂਗੇ ਲੁਟੇਰੇ ਦੌੜ ਗਏ ਕਰਤ ਮਜ਼ਦੂਰੀ ਖਾਹੇ ਸੁਖਾਰਾ ਕਹਿੰਦੇ ਆਪਾਂ ਸਰਹੰਦ ਲੁੱਟ ਕੇ ਕੀ ਲੈਣਾ ਮਜ਼ਦੂਰੀ ਕਰਕੇ ਖਾ ਲਾਂਗੇ ਚੇਲੇ ਬੰਦੇ ਸਭ ਨੱਠ ਗਏ ਬੰਦੇ ਦੇ ਚੇਲੇ ਜਿਹੜੇ ਸਾਧ ਨਾਲ ਆਏ ਸੀ ਉਹ ਵੀ ਨੱਠ ਗਏ ਸਿੰਘ ਸੂਰਮੇ ਠਾਂਡੇ ਰਹੇ ਸਿਰਫ ਗੁਰੂ ਕਲਗੀਧਰ ਪਾਤਸ਼ਾਹ ਦਾ ਖਾਲਸਾ ਹੀ ਅੜਿਆ ਉਸ ਮੈਦਾਨ ਵਿੱਚ ਦੋਹਰਾ ਭਇਓ ਮੁਕਾਬਲਾ ਦੋਏ ਵੱਲੋਂ ਸਭ ਸਿਰ ਤੰਤ ਵਜ਼ੀਰਾ ਪਾਸ ਕਹਿੰਦੇ ਦੋਵਾਂ ਪਾਸਿਆਂ ਤੋਂ ਮੁਕਾਬਲਾ ਬੜਾ ਗਹਿ ਗਹਿ ਹੋ ਰਿਹਾ ਸੀ ਤੋਪਾਂ ਚੱਲ ਰਹੀਆਂ ਸੀ ਤੀਰ ਚੱਲ ਰਹੇ ਸਨ ਗੋਲੀਆਂ ਚੱਲ ਰਹੀਆਂ ਸਨ ਸਿੰਘਾਂ ਦਾ ਇਰਾਦਾ ਸੀ ਵੀ ਅੱਜ ਸਰਹੰਦ ਫਤਿਹ ਕਰਨੀ ਸ਼ਾਮ ਤੱਕ ਜਾਂ ਮਰ ਜਾਣਾ ਜਾਂ ਮਾਰ ਦੇਣਾ ਇੱਥੋਂ ਪਿੱਛੇ ਭੱਜਣਾ ਨਹੀਂ ਮੈਦਾਨ ਵਿੱਚ ਲੁਟੇਰੇ ਭੱਜ ਗਏ ਜਿਹੜਾ ਉਹ ਸੀਗਾ ਸੁੱਚਾਨੰਦ ਦਾ ਭੇਜਿਆ ਹੋਇਆ ਉਹਦਾ ਭਤੀਜਾ ਲਗਭਗ 1000 ਫੌਜ ਲੈ ਕੇ ਉਹਦੀ ਵੀ ਦਾਲ ਨਾ ਗਲੀ ਤੇ ਉਹ ਵੀ ਭੱਜ ਗਿਆ ਜੋ ਲੁਟੇਰੇ ਬੰਦੇ ਸਾਥ ਥੇ ਜਖੀਰੋ ਕੀਓ ਨਾ ਤਾਸ ਉਹ ਜਿਹੜੇ ਬੰਦੇ ਦੇ ਨਾਲ ਲੁਟੇਰੇ ਸੀਗੇ ਉਹਨਾਂ ਨੇ ਹੌਸਲਾ ਨਹੀਂ ਕੀਤਾ ਤੇ ਉਹ ਖੜੇ ਨਹੀਂ ਚਾਉ ਪਈ ਉਤੇ ਵਜ਼ੀਰਾ ਸਭ ਕੁਛ ਲਿਆ ਕਹਿੰਦੇ ਉਧਰ ਵਜ਼ੀਰ ਖਾਂ ਕੋਲ ਬੜਾ ਕੁਝ ਸੀਗਾ ਉਹ ਸੂਬਾ ਸੀ ਅਕਸਰ ਨੂੰ 52 ਪਰਗਣੇ ਸੀਗੇ ਜਿਵੇਂ ਇੱਕ ਸਟੇਟ ਵਿੱਚ ਜ਼ਿਲ੍ਹੇ ਹੁੰਦੇ ਨਾ ਇਹ ਸੂਬੇ 'ਚ 52 ਪਰਗਣੇ ਸੀਗੇ 52 ਜ਼ਿਲ੍ਹੇ ਸੀ ਸਮਝੋ ਐਡੀ ਵੱਡੀ ਇਹ ਤਾਕਤ ਸੀ ਸਰਹੰਦ ਅਤੇ ਉਹਦੇ ਕੋਲ ਸਾਰਾ ਕੁਝ ਸੀਗਾ ਫੌਜ ਵੀ ਸੀ ਉਹਦੇ ਕੋਲ ਤੋਪਖਾਨਾ ਵੀ ਸੀ ਜਰਨੈਲ ਵੀ ਬੜੇ ਬੜੇ ਜੰਗੀ ਸੀਗੇ ਉਹ ਸਾਰੇ ਮੈਦਾਨ 'ਚ ਉਤਰੇ ਹੋਏ ਸੀਗੇ ਉਸ ਵੇਲੇ ਬੰਦਾ ਨੇ ਕੁਛ ਸੰਜਮ ਨਾ ਕੀਆ ਤੇ ਬੰਦੇ ਦੇ ਕੋਲ ਇੰਨਾ ਬੰਦੋਬਸਤ ਕੋਈ ਨਹੀਂ ਸੀ ਜਿੰਨਾ ਸੂਬੇ ਕੋਲ ਸੀ ਕਿਤੇ 10 ਗੁਣਾ ਜ਼ਿਆਦਾ ਉਹਦੇ ਕੋਲ ਪਾਵਰ ਸੀਗੀ ਨਾ ਕਿਛ ਦਾਰੂ ਸਿੱਕੋ ਵਰਤਾਇਓ ਨਾ ਹੀ ਬੰਦੇ ਦੇ ਕੋਲ ਇੰਨਾ ਅਸਲਾ ਸੀਗਾ ਵੀ ਦਾਰੂ ਸਿੱਕਾ ਸਿੰਘਾਂ ਨੂੰ ਵਰਤਾ ਦਿੰਦਾ ਨਾ ਕਿਛ ਤੋਪ ਜੰਬੂਰਨ ਆਹਿਓ ਨਾ ਤੋਪਾਂ ਸਨ ਨਾ ਜੰਬੂਰੇ ਸਨ ਉੱਤੇ ਸਿਰ ਤੰਤ ਆਇਓ ਪਾਤਸ਼ਾਹੀ ਔਰ ਉਧਰ ਬਾਦਸ਼ਾਹੀ ਬੰਦੋਬਸਤ ਸੀਗਾ ਸਾਰਾ ਸਰਕਾਰ ਉਹਦੇ ਨਾਲ ਸੀ ਸੂਬੇ ਦੇ ਇਤ ਲੜ ਡੰਗ ਖਾਣ ਕੋ ਨਾਹੀ ਇਧਰ ਇੱਕ ਡੰਗ ਦੀ ਰੋਟੀ ਮਿਲਦੀ ਸੀ ਇੱਕ ਡੰਗ ਦੀ ਨਹੀਂ ਸੀ ਇੱਥੇ ਤਾਂ ਡਾਂਗ ਤੇ ਡੇਰਾ ਸੀ ਖਾਲਸੇ ਦਾ ਉਤ ਵੱਲ ਮੋਹਰ ਰੁਪਏ ਤੁੜਾਏ ਉਧਰ ਸੋਨੇ ਦੀਆਂ ਮੋਹਰਾਂ ਚੱਲਦੀਆਂ ਸਨ ਇਤ ਲੁੱਟ ਮਿਲੇ ਤਾਂ ਡੰਗ ਲੰਘਾਏ ਇਧਰ ਲੁੱਟ ਮਾਰਦਾ ਸੀ ਜੋ ਕੁਝ ਆਉਂਦਾ ਸੀ ਉਹਦੇ ਨਾਲ ਗੁਜ਼ਾਰਾ ਕਰਦੇ ਸੀਗੇ ਦੇਖੋ ਕਲਾ ਪ੍ਰਭੂ ਕੀ ਨਿਆਰੀ ਪਰ ਉਸ ਪ੍ਰਭੂ ਦੀ ਖੇਡ ਵੇਖੋ ਉਹਦੇ ਰੰਗ ਵੇਖੋ ਅਕਾਲ ਪੁਰਖ ਦੇ ਜਿੱਤੇ ਫਕੀਰ ਸ਼ਾਹੇ ਜਾਏ ਹਾਰੀ ਕਿ ਫਕੀਰ ਜਿੱਤੇਗਾ ਤੇ ਸ਼ਹਿਨ ਸ਼ਹਿਨ ਸ਼ਾਹ ਹਾਰਨਗੇ ਸੂਬੇ ਹਾਰ ਜਾਣਗੇ ਇਹ ਫਕੀਰ ਜਿੱਤ ਜਾਏਗਾ ਪ੍ਰਭ ਚਾਹੇ ਮੇਰ ਤ੍ਰਿਣੋ ਉਠਾਏ ਉਹ ਪਰਮੇਸ਼ਰ ਚਾਹੇ ਨਾ ਇੱਕ ਕੱਖ ਨੂੰ ਪਹਾੜ ਵਰਗਾ ਬਣਾ ਸਕਦਾ ਹੈ ਪ੍ਰਭ ਚਾਹੇ ਸਮੁੰਦਰ ਘੜੋੜੇ ਸੁਕਾਏ ਉਹ ਪਰਮੇਸ਼ਰ ਚਾਹੇ ਤੇ ਸਮੁੰਦਰ ਨੂੰ ਘੜੇ 'ਚ ਪਾ ਕੇ ਸੁਕਾ ਸਕਦਾ ਹੈ ਆਲੀ ਸਿੰਘ ਬਾਜ ਸਿੰਘ ਹੱਥ ਜੋੜੇ ਬਾਬਾ ਆਲੀ ਸਿੰਘ ਸਲੋਦੀ ਵਾਲੇ ਤੇ ਬਾਜ ਸਿੰਘ ਪੱਟੀ ਵਾਲੇ ਇਹ ਮਾਝੇ ਤੋਂ ਆਏ ਸੀਗੇ ਬਾਜ ਸਿੰਘ ਪਰ 10ਵੇਂ ਪਾਤਸ਼ਾਹ ਦੇ ਨਾਲ ਗਏ ਸੀ ਨਾ ਹਜ਼ੂਰ ਸਾਹਿਬ ਇਸ ਕਰਕੇ ਬਾਜ ਸਿੰਘ ਮਾਝੇ ਦਾ ਇਹ ਗੁਰੂ ਸਾਹਿਬ ਦੇ ਨਾਲ ਹੀ ਉੱਥੋਂ ਬੰਦੇ ਬਹਾਦਰ ਨਾਲ ਮਹਾਰਾਜ ਨੇ ਪੰਜਾਂ ਦਾ ਸਿੰਘਾਂ ਦਾ ਜਥੇਦਾਰ ਬਣਾ ਕੇ ਬਾਬਾ ਵਿਨੋਦ ਸਿੰਘ ਜੀ ਤੇ ਬਾਬਾ ਬਾਜ ਸਿੰਘ ਭੇਜਿਆ ਬਾਜ ਸਿੰਘ ਨੇ ਤੇ ਬਾਬੇ ਆਲੀ ਸਿੰਘ ਨੇ ਕਿਹਾ ਬੈਠੋ ਹੋ ਕੇ ਮੈਂ ਚੜੋ ਨਾ ਘੋੜੇ ਬਾਬਾ ਜੀ ਤੁਸੀਂ ਇੱਥੇ ਕੀ ਬੈਠੇ ਕਰੀ ਜਾਂਦੇ ਹੋ ਤੁਸੀਂ ਕਿਉਂ ਨਹੀਂ ਘੋੜੇ ਚੜਦੇ ਬਾਬਾ ਬੰਦਾ ਅਜੇ ਜੰਗ ਦੇ ਮੈਦਾਨ 'ਚ ਨਹੀਂ ਸੀ ਆਇਆ ਬੈਠਾ ਜੰਗ ਵੇਖ ਰਿਹਾ ਸੀ ਤਬ ਬੰਦੇ ਉਨ ਸਭਨ ਕਹਿਓ ਤਾਂ ਬਾਬੇ ਬੰਦੇ ਨੇ ਆਲੀ ਸਿੰਘ ਨੂੰ ਤੇ ਬਾਜ ਸਿੰਘ ਨੂੰ ਕਿਹਾ ਇੱਕ ਪਹਿਰ ਤੁਮ ਤਕੜੇ ਰਹਿਓ ਸਿੰਘੋ ਇੱਕ ਪਹਿਰ ਤੁਸੀਂ ਤਕੜੇ ਹੋ ਕੇ ਲੜੋ 3 ਘੰਟੇ ਦੀ ਗੱਲ ਹੈ ਤਾਂ ਮਾਲਕ ਫਿਰ ਹਮ ਵੱਲ ਕਰੇ ਤਾਂ ਪ੍ਰਮਾਤਮਾ ਵਾਹਿਗੁਰੂ ਗੁਰੂ ਸੱਚੇ ਪਾਤਸ਼ਾਹ ਇਹ ਜੰਗ ਦਾ ਪਾਸਾ ਪਲਟ ਦੇਣਗੇ ਸਾਡੇ ਵੱਲ ਆ ਜਾਏਗੀ ਬਾਜੀ ਸਭ ਤੁਰਕਣ ਕਉ ਮਾਰ ਸੋ ਡਰੇ ਆਪਾਂ ਇਹ ਸਾਰਿਆਂ ਨੂੰ ਮਾਰ ਸੁੱਟਾਂਗੇ ਤਬ ਸਿੱਖਣ ਮਿਲ ਬੇਨਤੀ ਕਰੀ ਤਾਂ ਸਾਰੇ ਸਿੰਘਾਂ ਨੇ ਬੇਨਤੀ ਕੀਤੀ ਬੰਦੇ ਨੂੰ ਕੰਮ ਤੇ ਸਰਤ ਨਾ ਕਾਚੀ ਘਰੀ ਕਿ ਬਾਬਾ ਜੀ ਤੁਸੀਂ ਇੱਕ ਪਹਿਰ ਦੀ ਗੱਲ ਕਰਦੇ ਹੋ ਸਾਡੇ ਕੋਲ ਇੱਕ ਘੜੀ ਨਹੀਂ ਟੱਪਦੀ ਪਈ ਦੁਸ਼ਮਣ ਦਾ ਜ਼ੋਰ ਪੈ ਰਿਹਾ ਜੰਜੀਰਦਾਰ ਗੋਲੇ ਪੈ ਰਹੇ ਨੇ ਸਣੇ ਘੋੜਿਆਂ ਦੇ ਸਿੰਘ ਉੱਡਦੇ ਜਾ ਰਹੇ ਨੇ ਫੌਜਾਂ ਖਤਮ ਹੁੰਦੀਆਂ ਜਾ ਰਹੀਆਂ
तीन घंटे नू आपां सारे मारे जावांगे। दोहरा बाज सिंह औ श्याम सिंह सतगुर दए जो साथ। जेड़े उथों हजूर साहब तो आए सीगे सिंह दसवें पातशाह दे गड़वई सिंह सीगे बाज सिंह विनोद सिंह श्याम सिंह वगैरा सब हिन मिलके यो कहे जोड़ जोड़ को हाथ। ओ सारे सिंह हाथ जोड़ के कहन लगे बंदे नू चाओ पई तुम बिन हम ते लरियो ना जाई। बाबा जी जिन्ना जे तुसी घोड़े नी चढ़दे उन्ना जर साडा हौसला नी पैणा। सीस तुम टिक देह लगाई असि तुहाडी अखां सामने शहीद होवांगे मैदान चो भज्जांगे नहीं पर तुसी अगे दे आओ। खड़े हो खालसो और गए पराई। ओ खालसा ही खड़ा बाकी सारे भज गए ने। जेड़े लुटेरियां दे आपां मान करदे सी बंदे नू सी भी शायद लुटेरे नाल रहणगे पर ओ भज गए। ओ जेड़ा सूबे दा सीगा ओ भी भज गया। कुल रह गए सिंह 5-7 हजार ते 2 हजार रह गए पटियाले वालियां दे तनखाहदार बाकी सारे दौड़ गए। भावें राखो भावें देहो मराई भावें सानू इत्थे मरवाओ ते भावें तुसी सानू लड़ाओ पर तुहाडे तो बिना बाजी जीती नहीं जानी। बाबा जी हम भज जावन नह कौ ठौर असी किते नहीं भज के जाना हुण साडी तां जिंदगी मौत इत्थे ही है हुण। हम मर रहेंगे तुम पग कौर असी तेरे सामने मरांगे। दोहरा फिर बंदा खालसा कहियो तुम घड़ियां चार लड़ाओ। अगो बंदा कहण लगा चलो एक पैर नहीं तुसी चार घड़ियां मेरा कहना मान के लड़ लो डेढ़ घंटा लड़ लो। मालक ते हाथ जोड़ के और मैं लैग मैं मालक कोलों 2-4 घड़ियां बख्शवा लैना दे तुसी हो के तगड़े लड़ो। चाओ पई सिखण कहियो घड़ी एक भारी सिंह कहंदे बाबा जी 4 घड़ियां ते एक घड़ी भारी पै रही है साल खालसे ते। हम तो पल नह सकै संभारी एक पल भी नहीं संभारिया जा रहा इतना दुश्मन दा जोर है इतनी ताकत है सूबे कोल। मालक हाथ बिन सिर हम आए अज साडा तू मालक है जे तू ना साडी मदद ते खलोता ते फिर असी बेकार मारे जावांगे। हम किम बचे तुरक आगे पाए असि बचांगे नहीं सारे मारे जावांगे तुरक अगे वध रिया सानू मारन लई। हम परयो जहाज समुंदर माही साडा खालसे दा जहाज है समुंदर च डोबे खान लगा है। भावे राखो भावे देहो डुबाई ते मला तेनू कलगी धर ने बनाया भावे तू रख ते भावे डुबा दे। तुम मालक होए रखो बचाई तू मालक है ते तू आवे दा माल अगे मला बन के बचा डुबदे जहाज नू हुण। तुरक आटा हम लूनो नाही तुरक दे आटे दे समान ने असि आटे च लून दे बराबर भी नहीं हां। किम हम इन संग पुजै लड़ाई ए लखा फौज तुरकां दे नाल असि किवें लड़ांगे। मारे तोपन के अब उड जाही ए तोपा मार मार के सानू सने घोड़ियां उड़ा देणगियां। 4 घड़ी हम कब इन ठल्लै 4 घड़ी बड़ी दूर दी गल है असि नहीं रोक सकांगे। तुम बिन बचै ना हम एक पल एक पल भी नहीं असि बच सकदे बाबा जी जे तुसी ना खलोते। तुम बिन घड़ी ना एक हम लड़ा एक घड़ी भी नहीं साडे कोल लड़िया जाना तेरे तो बिना। तुम बिन एक घड़ी मैं मरा तेरे तो बिना एक घड़ी जी मारे जावांगे सारे सिंह। तुम बिन हम लड़ सकें सो नाही तेरे तो बिना असि नहीं लड़ना। तोप जंबूरन सो उड जाही असि उड जावांगे एवें मारे जावांगे बेकार दुश्मन दे हथों। दोहरा जिम तुम प्रथमो थो कहियो हम तोपन लगन ना देहे। बाबा जी तुसी ते कहंदे सी वी तोपां चलन ही नहीं देणियां ਤੁਸੀਂ ਪਹਿਲਾਂ ਇਹ ਬਚਨ ਕਿਹਾ ਸੀ ਵੀ ਅਸੀਂ ਦੁਸ਼ਮਣ ਦੀਆਂ ਤੋਪਾਂ ਦੇ ਗੋਲੇ ਸਿੰਘਾਂ ਨੂੰ ਨਹੀਂ ਲੱਗਣ ਦੇਵਾਂਗੇ। ਉਨਕੇ ਸ਼ਸਤਰ ਸੋ ਉਨ ਲੱਗਾ ਉਨਕੋ ਨਾਸ਼ ਕਰੇ ਹੈ। ਤੁਸੀਂ ਇਹ ਵੀ ਕਹਿੰਦੇ ਸੀ ਵੀ ਤੁਰਕਾਂ ਦੇ ਸ਼ਸਤਰ ਉਲਟੇ ਤੁਰਕਾਂ ਨੂੰ ਲੱਗਣਗੇ ਉਹਨਾਂ ਦਾ ਹੀ ਨਾਸ਼ ਕਰਨਗੇ। ਚਾਉ ਪਈ ਸਿੰਘ ਮਝੈਲਣ ਬੰਦਾ ਕਹਿਓ ਇਹ ਤਾਂ ਮਾਝੇ ਦੇ ਸਿੰਘ ਬੜੇ ਕਰਾਲੇ ਸੀਗੇ ਬੜਾ ਬੋਲਬਾਣ ਇਹਨਾਂ ਦਾ ਕਰੜਾ ਹੀ ਹੁੰਦਾ ਮਾਝੇ ਵਾਲਿਆਂ ਦਾ ਇਹ ਫਟਾਫਟ ਮੂੰਹ ਤੇ ਕਹਿ ਦਿੰਦੇ ਬੰਦੇ ਬਹਾਦਰ ਨੂੰ ਪੈ ਕੇ ਕਹਿੰਦੇ ਤੂੰ ਤੇ ਕਹਿੰਦਾ ਸੀ ਉਹਨਾਂ ਦੇ ਸ਼ਸਤਰ ਨਹੀਂ ਚੱਲਣੇ ਉਹ ਤੇ ਸਾਨੂੰ ਡਾਈ ਜਾਂਦੇ ਉਡਾਈ ਜਾਂਦੇ ਤੇ ਖੜਾ ਹੋ ਤੂੰ। ਏਦਾਂ ਜਦੋਂ ਮਾਝੇ ਵਾਲੇ ਕਰੜੇ ਹੋ ਕੇ ਬੋਲੇ ਹਮ ਲਾ ਰਹੇ ਤੁਮ ਬੈਠੇ ਰਹੇ ਹੋ ਬਾਬਾ ਜੀ ਅਸੀਂ ਲੜਦੇ ਆ ਤੁਸੀਂ ਬੈਠੇ ਰਹੋ। ਬੰਦਾ ਛੱਡ ਕੇ ਚੇਲੇ ਭਾਗੇ ਬੰਦੇ ਦੇ ਚੇਲੇ ਭੱਜ ਗਏ ਸਨ ਉਸ ਵੇਲੇ ਲੜੇ ਖਾਲਸੇ ਹੋਏ ਹੋਏ ਆਗੇ ਸਿੰਘ ਹੀ ਲੜਦੇ ਸਨ ਉਸ ਵੇਲੇ। ਦੋਹਰਾ ਉੱਚੀ ਰੋੜੀ ਦੇਖ ਕੇ ਬੰਦਾ ਬੈਠਿਓ ਜਾਏ ਬੰਦਾ ਉੱਚੀ ਥਾਂ ਤੇ ਬੈਠਾ ਜੰਗ ਦੇਖ ਰਿਹਾ ਸੀ। ਵਜ਼ੀਰਾ ਗੋਲਣ ਦਾਜ ਸੱਦ ਆਖਿਓ ਦੇਹੋ ਉਡਾਏ ਔਰ ਵਜ਼ੀਰ ਖਾਂ ਨੂੰ ਪਤਾ ਲੱਗਾ ਕਿ ਉਸ ਠੇਰੀ ਦੇ ਉੱਤੇ ਬੰਦਾ ਬੈਠਾ ਹੈ ਪਹਾੜੀ ਤੇ ਉਹਨੇ ਬੜੇ ਸਿਆਣੇ ਤੋਪਚੀਆਂ ਨੂੰ ਕਿਹਾ ਵੀ ਉਸ ਪਾਸੇ ਫਾਇਰਿੰਗ ਕਰੋ
ਤੇ ਬੰਦੇ ਨੂੰ ਉਡਾ ਦਿਓ। ਚੁੱਪ ਕਰ ਬੰਦਾ ਬਹਿ ਰਹੇ ਹੋ ਪਰਿਓ ਲੜਾਈ ਗਾੜ ਲੜਾਈ ਬੜੀ ਗਹਿ ਗਹਿ ਝੋਰੀ ਸੀ ਬੰਦਾ ਉੱਚੀ ਥਾਂ ਤੇ ਬੈਠਾ ਸੀ ਗੋਲੀ ਗੋਲਾ ਬਹੁ ਪਵੇ ਬੰਦਾ ਭਇਓ ਨਾ ਠਾਡ ਬੰਦਾ ਫੇਰ ਵੀ ਉੱਥੇ ਬੈਠਾ ਰਿਹਾ ਤੇ ਗੋਲੀਆਂ ਦੇ ਤੋਪਾਂ ਦੇ ਉੱਥੇ ਗੋਲੇ ਪੈਣ ਲੱਗ ਪਏ ਚਾਉ ਪਈ ਤਬ ਲੋਕਨ ਕੋ ਚਿੰਤਾ ਪਰੀ ਤਾਂ ਲੋਕਾਂ ਨੂੰ ਬੜੀ ਚਿੰਤਾ ਹੋਈ ਬੰਦਾ ਬੈਠ ਇਹਾਂ ਰਹਿ ਮਰੀ ਬੰਦਾ ਇੱਥੇ ਬੈਠਾ ਹੀ ਮਾਰਿਆ ਜਾਵੇਗਾ ਤੇ ਸਿੰਘ ਵੀ ਮਾਰੇ ਜਾਵਾਂਗੇ ਸਾਰੇ ਚੇਲੇ ਨੱਠ ਓਟ ਬੰਦਾ ਲੁਕੈ ਪਰ ਬੰਦੇ ਦੇ ਚੇਲੇ ਦੇ ਨੱਠ ਕੇ ਪਿਛਾਂ ਹੋ ਗਏ ਨੇ ਗੋਲੇ ਸ਼ੂਕਤ ਸੁਣਤ ਨਾ ਸਕੈ ਔਰ ਗੋਲੇ ਸ਼ੂਕਦੇ ਆ ਰਹੇ ਨੇ ਕਉ ਕਹੈ ਇਹ ਇਹਾਂ ਮਰ ਜਾਓਗ ਤੇ ਕਈ ਕਹਿੰਦੇ ਬੰਦਾ ਇੱਥੇ ਮਾਰਿਆ ਜਾਏਗਾ ਅੱਜ ਕਉ ਕਹੈ ਜਾਂ ਫਕੀਰ ਲੁਕ ਜਾਓਗ ਫਿਰ ਕਈ ਕਹਿੰਦੇ ਇਹਦੇ ਫਕੀਰ ਹੈ ਇਹਦਾ ਕੀ ਹੈ ਜਾ ਕੇ ਫੇਰ ਸਾਧਾਂ ਚ ਰਲ ਜਾਏਗਾ ਏ ਕਉ ਕਹੈ ਹਮ ਹੀ ਕੋ ਖੁਵਾਰੀ ਫਿਰ ਸਿੰਘ ਆਪਸ ਲੱਗ ਪਏ ਕਹਿੰਦੇ ਸਾਨੂੰ ਹੀ ਪਰੇਸ਼ਾਨੀ ਹੈ ਅੱਗੇ ਵੀ ਅਸੀਂ ਲੜਦੇ ਰਹੇ ਮਹਾਰਾਜ ਦੇ ਟਾਈਮ ਤੇ ਹੁਣ ਇਹਦੇ ਟਾਈਮ ਤੇ ਵੀ ਸਾਨੂੰ ਹੀ ਲੜਨਾ ਪੈਣਾ ਇਹਨੇ ਕੀ ਕਰਨਾ ਭਲਾ ਜਿਨ ਕੇ ਆਹੇ ਅਡੰਬਰ ਭਾਰੀ ਇਹ ਸਾਧ ਲੋਕ ਹੁੰਦੇ ਬੜੇ ਪਖੰਡ ਕਰ ਲੈਂਦੇ ਹੈ ਤਬੈ ਖਾਲਸਿਓ ਉਪਜਿਓ ਰੋਹੇ ਏਦਾਂ ਸਿੰਘਾਂ ਨੂੰ ਗੁੱਸਾ ਆ ਗਿਆ ਸਿੰਘ ਬੜੇ ਕਾਲੇ ਪੈ ਜਾਂਦੇ ਕਈ ਵਾਰੀ ਬੰਦਾ ਬੜੀ ਨੀਤੀ ਨਾਲ ਚੱਲ ਰਿਹਾ ਸੀ ਪਰ ਸਿੰਘਾਂ ਨੂੰ ਹੋ ਗਿਆ ਵੀ ਇਹ ਸਾਨੂੰ ਮਰਵਾਵੇਗਾ ਹਾਂਜੀ ਲੜੈ ਖਾਲਸੋ ਆਗੈ ਹੋਹੇ ਤੇ ਸਿੰਘ ਅੱਗੇ ਹੋ ਕੇ ਲੜ ਰਹੇ ਸਨ ਕਹਿਓ ਖਾਲਸਾ ਤੁਮ ਟਿਕ ਬਹਿ ਰਹੋ ਅਖੀਰ ਸਿੰਘਾਂ ਨੇ ਕਿਹਾ ਤੂੰ ਬੈਠਾ ਰਹਿ ਤੂੰ ਨੀ ਕੁਝ ਕਰਨ ਜੋਗਾ ਹਮ ਜੀਵਤ ਤੁਮ ਚਿੰਤ ਨਾ ਕਹੋ ਸਾਡੇ ਜਿਉਂਦਿਆਂ ਤੂੰ ਚਿੰਤਾ ਨਾ ਕਰ ਤਬ ਉਨ ਕੀਓ ਦਗਾ ਦਗ ਬਾਜ ਜਿਹੜਾ ਉਹ ਖਾਲਸਾ ਜੀ ਆਇਆ ਸੀ ਨਾ ਵਜ਼ੀਰ ਖਾਂ ਦਾ ਸੂਬੇ ਸਰਹੰਦ ਦਾ ਭੇਜਿਆ ਆਇਆ ਸੁੱਚੇ ਨੰਦ ਦਾ ਭਤੀਜਾ ਦਗੇ ਬਾਜ ਡਾਰ ਲੂਟ ਚੱਲਿਓ ਪਿੱਛੇ ਭਾਜ ਇਕਦਮ ਉਹ ਵੀ ਫੌਜ ਦੇ ਵਿੱਚੋਂ ਦੌੜ ਪਿਆ ਇਹ ਕਹਿ ਕੇ ਵੀ ਭੱਜੋ ਭਾਜੜ ਪੈ ਗਈ ਜਾਨਾਂ ਬਚਾ ਲਓ ਉਹਦਾ ਮਤਲਬ ਸੀ ਹਜ਼ਾਰ ਬੰਦਾ ਸਾਡਾ ਭੱਜੇਗਾ ਦੋ ਚਾਰ ਹਜ਼ਾਰ ਸਿੱਖ ਵੀ ਭੱਜਣਗੇ ਨਾਲ ਉਹਨੇ ਐਨ ਗਹਿ ਗਚ ਲੜਾਈ ਵਿਚ ਭਾਜੜ ਪਵਾ ਦਿੱਤੀ ਘੋੜੇ ਤੇ ਗਿਰ ਸੋ ਮਰ ਗਯੋ ਪਰ ਬਾਬੇ ਬੰਦੇ ਨੇ ਉਹਨੂੰ ਕਿਹਾ ਸੀ ਜੋ ਤੂੰ ਕਰੇਗਾ ਤੈਨੂੰ ਭਰੇਗਾ ਉਹ ਭੱਜਿਆ ਜਾਂਦਾ ਹੀ ਘੋੜੇ ਤੋਂ ਡਿੱਗ ਕੇ ਮਰ ਗਿਆ ਹੁਣ ਜੋ ਕੀਤੇ ਸੋ ਓਨ ਪਯੋ ਜੋ ਉਹਨੇ ਕੀਤਾ ਸੀ ਦਗਾ ਉਹਦਾ ਫਲ ਨਾਲ ਹੀ ਮਿਲ ਗਿਆ ਉਹਨੂੰ ਦੋਹਰਾ ਹੱਸ ਬੰਦੇ ਘੋੜੇ ਮੰਗਿਓ ਕਹੈ ਮਾਲਕ ਪਹੁੰਚਿਓ ਆਏ ਜਦੋਂ ਉਹ ਮਾਰਿਆ ਗਿਆ ਨਾ ਤੇ ਬਾਬਾ ਬੰਦਾ ਸਿੰਘ ਹੱਸ ਕੇ ਕਹਿੰਦਾ ਲਿਆ ਹੁਣ ਮੇਰਾ ਘੋੜਾ ਮੈਂ ਘੋੜੇ ਚੜਾਂ ਹੁਣ ਮਾਲਕ ਨੇ ਮੇਰੀ ਡਿਊਟੀ ਲਾਈ ਆ ਉਹਨੂੰ ਇਸ਼ਾਰਾ ਸ਼ਹੀਦੀ ਫੌਜਾਂ ਦਾ ਆ ਰਿਹਾ ਸੀ ਹਾਂਜੀ ਮਾਰੋ ਲੈਵੋ ਲੂਟ ਕਹੈ ਦਇਓ ਸੋ ਤੀਰ ਚਲਾਏ ਬਾਬੇ ਬੰਦੇ ਦਾ ਘੋੜਾ ਆਇਆ ਬਾਬਾ ਬੰਦਾ ਘੋੜੇ ਤੇ ਬਹਿੰਦਿਆਂ ਸਾਰ ਉਹਨੇ ਪੱਥੇ ਚ ਉਹ ਤੀਰ ਕੱਢਿਆ ਜਿਹੜਾ ਸ੍ਰੀ ਕਲਗੀਧਰ ਪਾਤਸ਼ਾਹ ਨੇ ਪੰਜ ਤੀਰ ਦਿੱਤੇ ਸਨ ਇੱਕ ਤੀਰ ਚਿੱਲੇ ਚਾੜ ਕੇ ਕੰਨਾਂ ਰਾਹੀਂ ਖਿੱਚ ਕੇ ਜਦੋਂ ਛੱਡਿਆ ਚਾਉ ਪਏ ਚਲਤ ਤੀਰ ਉਨ ਘਟਾ ਉਠਾਇਓ ਸ੍ਰੀ ਕਲਗੀਧਰ ਪਾਤਸ਼ਾਹ ਦਾ ਤੀਰ ਜਦੋਂ ਚੱਲਿਆ ਤੇ ਉਹਦੇ ਪਹਿਰੇ ਚ ਸ਼ਹੀਦੀ ਫੌਜਾਂ ਬੇਨਤੀ ਪ੍ਰਗਟ ਹੋ ਗਈਆਂ ਤੁਰਕਾਂ ਕੀ ਸੋ ਅੱਖੀ ਪਾਇਓ ਇੰਨਾ ਘਟਾ ਹਨੇਰੀ ਉੱਡਿਆ ਤੁਰਕਾਂ ਦੀ ਅੱਖਾਂ ਚ ਪੈ ਗਿਆ ਤੁਸੀਂ ਘਟੇ ਮੈਂ ਅੰਧੇ ਭਏ ਉਸ ਘਟੇ ਦੀ ਇਹਨੇ ਕਰ ਦਿੱਤੇ ਤੁਰਕ ਪਰਮੇਸ਼ਰ ਦੀ ਖੇਡ ਵੇਖੋ ਸ੍ਰੀ ਕਲਗੀਧਰ ਪਾਤਸ਼ਾਹ ਦੇ ਤੀਰ ਦੀ ਆਪਸ ਮੈਂ ਲੜ ਕੇ ਮਰ ਗਏ ਆਪਸ ਦੀ ਲੜਨ ਲੱਗੇ ਪਤਾ ਹੀ ਨੀ ਰਿਹਾ ਵੀ ਕੀ ਕਰ ਰਹੇ ਆ ਤਹੀ ਹਕਾਰ ਖਾਲਸਾ ਦਇਓ ਔਰ ਬਾਬੇ ਬੰਦੇ ਨੇ ਖਾਲਸੇ ਨੂੰ ਹੱਲਾ ਬੋਲਣ ਲਈ ਕਿਹਾ ਫਿਰ ਜਾਨ ਸਿੱਧ ਇੱਜੜ ਸ਼ੇਰ ਸੋ ਭਇਓ ਜਿਵੇਂ ਕਹਿੰਦੇ ਭੇਡਾਂ ਦੇ ਇੱਜੜ ਚ ਸ਼ੇਰ ਪੈਂਦੇ ਏਦਾਂ ਪੈ ਗਏ ਸਿੰਘ ਜੋ ਤੁਰਕਣ ਕੇ ਲੱਭੇ ਸਰਦਾਰ ਜਿਹੜੇ ਤੁਰਕਾਂ ਦੇ ਵੱਡੇ ਵੱਡੇ ਜਰਨਲ ਕਰਨਲ ਸੀਗੇ ਦੇਉ ਖਾਲਸਾ ਦੀਨੇ ਮਾਰ ਉਹ ਸਿੰਘਾਂ ਨੇ ਝਟਕ ਦਿੱਤੇ ਫਿਰ ਜੰਗ ਵਿੱਚ ਤਹਾਂ ਵਜ਼ੀਰਾ ਸਸਕਿਤ ਭਇਆ ਔਰ ਕਹਿੰਦੇ ਵਜ਼ੀਰ ਖਾਨ ਸਹਿਕਦਾ ਹੋਇਆ ਖਾਲਸੇ ਦੇ ਹੱਥ ਆ ਗਿਆ ਕਿਲਾ ਗੱਢ ਕੋ ਅੱਗੇ ਗਿਆ ਕਹਿੰਦੇ ਕੋਈ ਸਿੰਘ ਕਿਲਾ ਗੱਢ ਕੇ ਅੱਗੇ ਗਿਆ ਬੰਦੇ ਵਹਿੜਨ ਸਾਥ ਕੇ ਸੜਾਇਆ ਕਹਿੰਦੇ ਉਹਨੂੰ ਫੜ ਕੇ ਨਾ ਸੂਬੇ ਵਜ਼ੀਰ ਖਾਨ ਨੂੰ ਉਹਦੇ ਪੈਰ ਨਾਲ ਪਾ ਕੇ ਰੱਸੀ ਵਿਹੜਿਆਂ ਦੇ ਪਿੱਛੇ ਜਿਵੇਂ ਸੁਹਾਗਾ ਘੜੀਸੀ ਦਾ ਹੈ ਏਦਾਂ ਫਿਰ ਘੜੀਸ ਘੜੀਸ ਕੇ ਲੈ ਗਏ ਸਰਹੰਦ ਫੇਰ ਅਗਨ ਮੈਂ ਉਸੇ ਸੜਾਇਆ ਤੇ ਫਿਰ ਸੂਬੇ ਨੂੰ ਕਹਿੰਦੇ ਜਿਉਂਦਾ ਅਧਮ ਹੋਇਆ ਜਦੋਂ ਹੋ ਗਿਆ ਉਹਨੂੰ ਪੁੱਠਾ ਟੰਗ ਕੇ ਥੱਲੇ ਪਰਾਲੀ ਦੀ ਅੱਗ ਬਾਲੀ ਵੀ ਹੌਲੇ ਹੌਲੇ ਧੁਖਦੀ ਰਵੇ ਤੇ ਥੋੜੀ ਅੱਗ ਦੇ ਵਿੱਚ ਫਿਰ ਉਹਨੂੰ ਸਾੜ ਸਾੜ ਕੇ ਹੌਲੇ ਹੌਲੇ ਫੂਕਿਆ ਚੰਗੀ ਤਰ੍ਹਾਂ ਦੋਹਰਾ ਇਤੀ ਵਜ਼ੀਰਾ ਮਾਰਿਓ ਜੇਠ ਸੁਦੀ ਕੇ ਮਾਹੇ ਇਸ ਤਰ੍ਹਾਂ ਸਾਧ ਸੰਗਤ ਜੀ ਵਜ਼ੀਦਾ ਸੂਬਾ ਸਰਹੰਦ ਦਾ ਜਿਹਨੇ ਸਾਹਿਬਜ਼ਾਦੇ ਨੀਹਾਂ ਚਿਣੇ ਸਨ 20 ਸਾਲ ਦਸਵੇਂ ਪਾਤਸ਼ਾਹ ਦੇ ਨਾਲ ਉਹ ਜੰਗ ਜਾਰੀ ਰੱਖਿਆ ਉਹਨੇ 20 ਸਾਲ ਉਹ ਪਹਾੜੀਆਂ ਦੇ ਆਖੇ ਲੱਗ ਕੇ ਹਰ ਸਾਲ ਹੀ ਲੈ ਕੇ ਫੌਜਾਂ ਅਨੰਦਪੁਰ ਤੁਰ ਪੈਂਦਾ ਸੀ ਸੰਗਤਾਂ ਨੂੰ ਪਰੇਸ਼ਾਨ ਕਰਦਾ ਸੀ ਗੁਰੂ ਨੂੰ ਤੰਗ ਕਰਦਾ ਸੀ ਅੱਜ ਆਪਣੀ ਕਰਨੀ ਦਾ ਫਲ ਭੋਗ ਕੇ ਸੰਸਾਰ ਤੋਂ ਜਹੰਮ ਵਿੱਚ ਚਲਾ ਗਿਆ ਸ
1767 चपड़ चिड़ी के पाहे। चपड़ चिड़ी दे विच 1767 मुताबक 1710 ईस्वी नूं 10 मई वाले दिन ये सूबा मारिया गया। जिउंदा साड़ के खालसे ने दा भोग पाता, फतेह करता। उस तो बाद गुरु के अस्थाना की सेवा, जिथे जिथे शहीदां सिंघां दे स्थान सीगे, गुरद्वारा फतेहगढ़ साहब, माता जी का बुरज ज्योति स्वरूप दीवानगढ़ साहब, ये सारे स्थानां दे निशान झूलाए गए। सो खालसा जी सरहंद फतेह करके बाबा जी ने पहाड़ी राजां दीआं वी खबरां लईआं। जिहड़े जिहड़े गुरु घर दे दुखी सन, दुष्ट सन, सारिआं नूं हमरे दुष्ट सभै तुम कावो, जो कलगीधर पातशाह ने अरदास कीती सी परमेश्वर दे चरणां 'च, ओह पूरी होई। सो अगले प्रकरणां 'च आप जी सरवण करोगे। समय दे लिहाज नाल समाप्ति है। हे गोबिंद, हे गोपाल, हे दयाल लाल, प्राणनाथ अनाथ सखे, दीन दर्द निवार, हे समर्थ अगम पूरन, ओहे मया अंधकूप महाभयान, नानक पार उतार, हे प्रभ शरणागति कृपा निद, एक अखर हर मन बसत, नानक होत वाहे गुरु नाम जहाज है, चढ़े सो तरे पार, जो श्रद्धा कर सेव दे गुरु पार उतारन हार, जो श्रद्धा